ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਦਰਸ਼ਕੋ, ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਪਿਛਲੇ ਵੀਕ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਨਵਾਂ ਵਾਪਰ ਗਿਆ ਜਿਹੜਾ ਤੁਸੀਂ ਆਪ ਦੇਖਿਆ ਹੋਊਗਾ। ਪਰ ਸਾਰੇ ਤੋਂ ਪਹਿਲਾਂ ਅਸੀਂ ਜੋ 8ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਬੀਤੇ ਕੱਲ੍ਹ ਨਿਕਲਿਆ ਹੈ, 8ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਜਿਹੜਾ ਪ੍ਰਕਾਸ਼ ਪੁਰਬ ਸੀ, ਯਾਨੀ ਕਿ ਬਾਲਾ ਪ੍ਰੀਤਮ ਜੀ ਦਾ, ਉਹ ਸਮੁੱਚੀ ਮਾਨਵਤਾ ਨੂੰ ਸਾਡੇ ਜਸ ਪੰਜਾਬੀ ਵੱਲੋਂ, ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਦਰਸ਼ਕੋ, ਉੱਥੇ ਹੀ ਚੱਲਦੀ ਦੁਨੀਆ ਦੇ ਵਿੱਚ ਦੂਜੇ ਪਾਸੇ ਵੀ ਸਾਨੂੰ ਸੋਚਣਾ ਪੈਂਦਾ ਹੈ। ਪਿਛਲੇ ਦੋ ਦਿਨ ਪਹਿਲਾਂ ਸ਼ਹੀਦ ਊਧਮ ਸਿੰਘ ਦਾ ਜਿਹੜੀ ਪੁੰਨਿਆ ਤਿਥੀ ਸੀਗੀ, ਅਸੀਂ ਸ਼ਤ ਪ੍ਰਣਾਮ ਕਰਦੇ ਹਾਂ ਜਸ ਪੰਜਾਬੀ ਦੇ ਮੰਚ ਤੋਂ ਉਸ ਲਸਾਨੀ ਸ਼ਹਾਦਤ ਨੂੰ, ਔਰ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੁੰਨਿਆ ਅਤੇ ਸੱਚਾਈ 'ਤੇ ਉਹ ਪੂਰਾ ਭਾਰਤ ਵਰਸ਼ ਦੇ ਵਿੱਚ ਉਹ ਯੋਗਦਾਨ ਪਾਈਏ ਕਿ ਭਾਰਤ ਵਰਸ਼ ਵਾਕਈ ਉੱਦਾਂ ਦਾ ਬਣ ਸਕੇ ਜੋ ਇਹ ਇਹਨਾਂ ਸ਼ਹੀਦਾਂ ਨੇ ਸੋਚਿਆ ਸੀ ਆਪਦੀ ਸੋਚ ਦੇ ਵਿੱਚ। ਅੱਗੇ ਵਧਦੇ ਦਰਸ਼ਕੋ, ਆਪਾਂ ਗੱਲ ਕਰਦੇ ਰਹਿੰਦੇ ਹਾਂ ਕਾਂਗਰਸ ਦੀ ਕਿ ਸਿੱਧੂ ਸਾਹਿਬ ਹੁਣ ਪ੍ਰਧਾਨ ਬਣ ਗਏ ਪੰਜਾਬ ਕਾਂਗਰਸ ਦੇ ਨਾਲ, ਜਿਹੜੇ ਹੈਗੇ ਆ ਕਈ ਜਣੇ ਜਿਹੜੇ ਹੈਗੇ ਆ, ਚਾਹੇ ਸੰਗਤ ਸਿੰਘ ਗਿੱਲ ਜੀਆਂ ਹੋਣ, ਸੁਖਵਿੰਦਰ ਡੈਨੀ ਹੋਵੇ ਜਾਂ ਫਿਰ ਪਵਨ ਗੋਇਲ ਜੀ ਹੋਣ, ਉਹ ਵਰਕਿੰਗ ਪ੍ਰੈਜ਼ੀਡੈਂਟ ਲਾਏ ਗਏ ਨੇ। ਐਕਸਪੈਕਟੇਸ਼ਨਸ ਬਹੁਤ ਵਧੀਆਂ ਹੋਈਆਂ ਨੇ ਲੋਕਾਂ ਦੀਆਂ ਕਿ ਇਹ ਹੁਣ ਇੱਕ ਕਾਂਗਰਸ ਨੂੰ ਮੁੜ ਕੇ ਸੁਰਜੀਤ ਕਰਨਗੇ। ਇਹ ਇਹਨਾਂ ਨੂੰ ਜੋ ਹੈ ਕਿ ਜਿਹੜੇ ਕੰਮ ਨਹੀਂ ਹੋਏ ਪਿਛਲੇ 4.5 ਸਾਲਾਂ 'ਚ, ਇਹ ਕੰਮ ਕਰ ਦੇਣਗੇ। ਇੱਕ ਗੱਲ ਬੜੀ ਕਲੀਅਰ ਹੈ, ਸਾਰੇ ਸੁਚੱਜੇ ਬੰਦੇ ਜਿਹੜੇ ਸਿਆਣੀ ਸੋਚ ਰੱਖਦੇ ਨੇ, ਉਹ ਉਹਨਾਂ ਵੱਲੋਂ ਆਪਾਂ ਕਲੀਅਰ ਕਰ ਸਕਦੇ ਹਾਂ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਪਾਵਰ ਹੈ ਉਹ ਸਿਰਫ ਤੇ ਸਿਰਫ ਸਰਕਾਰ ਕੋਲ ਹੁੰਦੀ ਹੈ। ਅਫਸਰਸ਼ਾਹੀ ਜਿਹੜਾ ਸਰਕਾਰ ਦਾ ਕਹਿਣਾ ਮੰਨਦੀ ਹੈ। ਇਹ ਜ਼ਰੂਰ ਨੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਾ ਦਿੱਤੇ ਗਏ ਨੇ, ਅਫਕੋਰਸ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਿਲਡ, ਉਹਨਾਂ ਦਾ ਕੰਮ ਹੈਗਾ ਪਾਰਟੀ ਨੂੰ ਸੰਭਾਲ ਕੇ ਰੱਖਣਾ। ਪਾਰਟੀ ਜੇ ਸਰਕਾਰ ਸਹੀ ਤਰ੍ਹਾਂ ਕੰਮ ਨਹੀਂ ਕਰਦੀ, ਉਹ ਰੂਲਿੰਗ ਪਾਰਟੀ ਹੈ, ਉਹ ਜਿਹੜੇ CM ਹੁੰਦੇ ਉਹਨਾਂ 'ਤੇ ਜਿਹੜਾ ਹੈ ਉਲਾਮਾ ਘੱਟ ਆਉਂਦਾ ਹੈ, ਜਿਹੜੀ ਪੂਰੀ ਵਰਿਆਈ ਜਾਂਦੀ ਹੈ ਪਾਰਟੀ ਹਾਈਕਮਾਂਡ 'ਤੇ ਪਾਰਟੀ ਨੂੰ ਜਾਂਦੀ ਹੈ। ਇਸ ਕਰਕੇ ਪ੍ਰੈਸ਼ਰ ਬਿਲਡ ਜ਼ਰੂਰ ਕਰ ਸਕਦੇ ਹੈ, ਲੇਕਿਨ ਐਡਮਿਨਿਸਟ੍ਰੇਸ਼ਨ ਦਾ ਕੰਮ ਸਰਕਾਰ ਨੂੰ ਹੀ ਕਰਨਾ ਪਏਗਾ। ਇਹ ਆਪਣੇ ਜਿਹੜੀ ਐਕਸਪੈਕਟੇਸ਼ਨ ਜਿਹੜੀਆਂ ਜਤਾਈਆਂ ਜਾ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਹੁਣ ਬਾਇਬਲ ਕਰਾਮ ਬਰਕਾੜੀ, ਇਹਨਾਂ ਦੇ ਜਿਹੜੇ ਫੈਸਲੇ ਨਹੀਂ ਆਏ ਸੀਗੇ, ਉਹ ਹੁਣ ਛੇਤੀ ਸਜਾਵਾਂ ਮਿਲ ਦੇ ਦਿੱਤੀਆਂ ਜਾਣਗੀਆਂ। ਰੇਤ ਬਜਰੀ ਮਾਫੀਆ ਖਤਮ ਹੋ ਜੂਗਾ, ਡਰੱਗ ਮਾਫੀਆ ਖਤਮ ਹੋ ਜੂਗਾ, ਬੇਰੋਜ਼ਗਾਰ ਜਿਹੜੇ ਥਾਂ ਥਾਂ 'ਤੇ ਹੜਤਾਲ ਕਰ ਰਹੇ ਨੇ ਉਹ ਛੇਤੀ ਮਾਮਲੇ ਸੁਲਝ ਜਾਣਗੇ। ਨਹੀਂ ਦਰਸ਼ਕੋ, ਇਹ ਸਾਰੇ ਸਰਕਾਰਾਂ ਦੇ ਅਖਤਿਆਰ 'ਚ ਹੈ। ਪ੍ਰੈਸ਼ਰ ਜ਼ਰੂਰ ਬਿਲਡ ਕਰ ਸਕਦੇ ਹਾਂ ਉਹ ਕਿ ਛੇਤੀ ਇਹ ਕੰਮ ਕੀਤੇ ਜਾਣ, ਪਰ ਗੱਲ ਇਹ ਕਿ ਮਹੀਨੇ 4 ਰਹੇ, ਦਸੰਬਰ ਦੇ ਵਿੱਚ ਕੋਡ ਆਫ ਕੰਡਕਟ ਪੰਜਾਬ ਦੇ ਵਿੱਚ ਲੱਗ ਜਾਊਗਾ। ਇਹਨਾਂ ਸਾਰੀਆਂ ਦੇ ਚੀਜ਼ਾਂ ਉੱਤੇ ਝਾਤ ਮਾਰਨੋਂ ਸਾਡੇ ਨਾਲ ਕਰੀਬ 15-20 ਮਿੰਟ ਤੱਕ ਜਿਹੜੇ ਕਾਂਗਰਸ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਸੰਗਤ ਸਿੰਘ ਗਿੱਲ ਜੀਆਂ ਸਾਡੇ ਨਾਲ ਫੋਨ ਲਾਈਨ 'ਤੇ ਜੁੜਨਗੇ ਕੋਈ 15-20 ਮਿੰਟ ਤੱਕ। ਉਹਨਾਂ ਚਿਰ ਆਪਾਂ ਝਾਤ ਮਾਰਦੇ ਹਾਂ ਮੁੱਖ ਸੁਰਖੀਆਂ ਦੀ। ਦਰਸ਼ਕੋ, ਆਪਾਂ ਕਹਿੰਦੇ ਇੱਕ ਗੋਲੀਬਾਰੀ ਫਲਾਨੀ ਥਾਂ ਹੋਈ, ਉਸ ਮਾਲ ਦੇ ਵਿੱਚ ਹੋਈ, ਫਲਾਨੀ ਥਾਂ ਹੋਈ, ਸ਼ੋਪਿੰਗ ਸੈਂਟਰ ਦੇ ਵਿੱਚ ਹੋਈ। ਅੱਜ ਕੁਛ ਦਿਨ ਪਹਿਲਾਂ, ਕੁਛ ਘੰਟੇ ਪਹਿਲਾਂ ਪੈਂਟਾਗਨ, ਜਿਹੜਾ ਕਿ US ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦਾ ਡਿਫੈਂਸ ਸੈਂਟਰ ਹੈ, ਉਹਦਾ ਜਿਹੜਾ ਰੈੱਡ ਜ਼ੋਨ ਹੈ ਜਿੱਥੇ ਚਿੜੀ ਵੀ ਫਰ ਨਹੀਂ ਮਾਰ ਸਕਦੀ, ਉੱਥੇ ਗੋਲੀਬਾਰੀ ਦੀ ਘਟਨਾ ਵਾਪਰੀ। ਇੱਕ ਸੁਰੱਖਿਆ ਕਰਮਚਾਰੀ ਵੀ ਮਾਰਿਆ ਗਿਆ ਅਤੇ ਜਿਹੜਾ ਗੋਲੀਆਂ ਚਲਾਉਣ ਵਾਲਾ ਉਹ ਵੀ ਢੇਰ ਹੋ ਗਿਆ। ਕੀ ਕਾਰਨ ਰਹੇ ਹੋਣਗੇ ਤਾਂ ਵਕਤ ਆਉਣ ਵਾਲੇ 24 ਘੰਟਿਆਂ 'ਚ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬੰਦਾ ਉੱਥੇ ਤੱਕ ਪਹੁੰਚਿਆ ਕਿੱਦਾਂ। ਚਲੋ, ਮੰਦਭਾਗੀ ਘਟਨਾ ਸੀਗੀ, 2 ਜਣੇ ਇਸ ਦੁਨੀਆ ਤੋਂ ਚਲੇ ਗਏ। ਰੱਬ, ਅਸੀਂ ਅਰਦਾਸ ਕਰਦੇ ਹਾਂ ਕਿ ਇਹ ਇੱਦਾਂ ਦੀਆਂ ਚੀਜ਼ਾਂ ਦੁਬਾਰਾ ਨਾ ਵਾਪਰਨ। ਉਦੋਂ ਅੱਗੇ ਚੱਲਦੇ ਹਾਂ ਦਰਸ਼ਕੋ, ਇੰਡੀਆ ਅਤੇ ਚਾਈਨਾ ਦਾ ਜਿਹੜਾ ਬਹੁਤ ਵੱਡਾ ਜਿੱਦਾਂ ਸਟ੍ਰੈਸ ਚੱਲ ਰਿਹਾ ਹੈ, ਅੱਜ ਕਰੀਬ 9 ਕੋਰ ਕਮਾਂਡਰਾਂ ਦੀ ਮੀਟਿੰਗ ਚੱਲੀ 9 ਘੰਟੇ, ਅਤੇ ਜਿਹੜਾ ਗੋਗਰਾ ਹਾਈਟਸ ਹੈ ਜਿੱਥੇ ਕਿ ਸੈਨਾ ਇੱਕਦਮ ਇੱਕ ਦੂਜੇ ਦੇ ਸਾਹਮਣੇ ਖੜੀਆਂ ਸੀਗੀਆਂ, ਉੱਥੇ ਸਹਿਮਤੀ ਬਣ ਗਈ ਹੈ ਅਤੇ ਸੈਨਾ ਦੋਨੋਂ ਪਾਸਿਓਂ ਪਿੱਛੇ ਹਟ ਗਈਆਂ ਨੇ 9 ਘੰਟੇ ਦੀ ਮੱਥਾਮਾਰੀ ਤੋਂ ਬਾਅਦ ਕੋਰ ਕਮਾਂਡਰਾਂ ਦੀ ਵਿੱਚ, ਜਿਹੜੀ ਕਿ ਪਾਜ਼ਿਟਿਵ ਨੋਟ 'ਤੇ ਆਪਾਂ ਗੱਲ ਕਰ ਸਕਦੇ ਹਾਂ ਕਿ ਇੱਕ ਸੁਖਾਵੀਂ ਘਟਨਾ ਹੈ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਦਰਸ਼ਕੋ, ਕਿ ਆਪਾਂ ਗੱਲ ਕਰਦੇ ਹਾਂ ਕਿ ਅੱਜ ਬੜੀਆਂ ਨੈਗੇਟਿਵ ਆਈਆਂ ਕਿ ਸਾਡੀ ਜਿਹੜੀ ਹਾਕੀ ਦੀ ਟੀਮ ਹੈ ਓਲੰਪਿਕ ਦੇ ਵਿੱਚ ਸੈਮੀਫਾਈਨਲ 'ਚੋਂ ਹਾਰ ਗਈ। ਦਰਸ਼ਕੋ, ਆਪਾਂ ਗਲਾਸ ਜਿਹੜਾ ਅੱਧਾ ਭਰਿਆ ਦੇਖੀਏ ਕਿ ਆਪਾਂ 49 ਸਾਲਾਂ ਬਾਅਦ ਸੈਮੀਫਾਈਨਲ ਤੱਕ ਪਹੁੰਚੇ, 49 ਸਾਲਾਂ ਬਾਅਦ, ਆਫਟਰ 49 ਈਅਰਸ,
49 ਸਾਲਾਂ ਬਾਅਦ ਆਪਾਂ ਓਲੰਪਿਕ ਦੇ ਵਿੱਚ ਸੈਮੀਫਾਈਨਲ ਤੱਕ ਪਹੁੰਚੇ ਆ। ਮੁੰਡਿਆਂ ਨੇ ਬਹੁਤ ਹੀ ਜਿੱਦਾਂ ਜ਼ੋਰ ਪਾ ਕੇ ਵਧੀਆ ਦਿਲ ਲਾ ਕੇ ਆਪਦੀ ਮਿਹਨਤ ਨਾਲ ਉੱਥੇ ਤੱਕ ਪਹੁੰਚੇ ਸੀਗੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਣੀ ਪੰਜਾਬੀ ਕੁੜੀ ਕਮਲਪ੍ਰੀਤ ਕੌਰ। ਦਰਸ਼ਕੋ ਆਪਣੇ ਨਾਲ ਇੱਕ ਕਾਲਰ ਜੁੜ ਗਿਆ, ਉਹ ਲੈ ਕੇ ਅੱਗੇ ਵਧਦੇ ਆ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਕੌਣ ਸਾਹਿਬ ਬੋਲ ਰਹੇ ਹੋ? ਠੀਕ ਹੈ ਜੀ, ਮੈਂ ਰਾਜਕੁਮਾਰ ਬੋਲ ਰਿਹਾ ਜੀ। ਰਾਜਕੁਮਾਰ ਜੀ, ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਤੇ। ਤੁਹਾਡਾ ਪ੍ਰੋਗਰਾਮ ਸੁਣਦੇ ਆ ਜੀ, ਬਹੁਤ ਲੱਗਦਾ ਬੜੀ ਵਾਲੀ ਬੜੀ ਵਾਲੀ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ ਜੀ। ਜੀ ਰਾਜਕੁਮਾਰ ਜੀ, ਨੰਬਰ ਕਿਉਂ ਆਫ ਹੋ ਰਿਹਾ ਸੀ? ਪਰ ਮੈਂ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਤੁਹਾਡੇ ਪ੍ਰੋਗਰਾਮ ਨੂੰ, ਖਾਸ ਕਰ ਮੈਂ ਭੈਣ ਜੀ ਕਹਿੰਦਾ ਉਹਨਾਂ ਨੇ ਜਿਹੜੀ ਪਟਿਆਲੇ ਡਾਕਟਰ ਹੈਗੀ ਹੈ ਡਾਕਟਰ ਹਰਸ਼ਿੰਦਰ ਕੌਰ ਜੀ, ਤਾਰਾ ਸਿੰਘ ਦੀ ਬੇਟੀ ਜੀ ਜੀ ਜੀ, ਉਹਨਾਂ ਨੇ ਉਹਨਾਂ ਭੈਣ ਜੀ ਦੇ ਪ੍ਰੋਗਰਾਮ ਬਹੁਤ ਪਸੰਦ ਕਰਦਾ। ਮੈਂ ਕਈ ਵਾਰੀ ਖੋਜ ਕੀਤੀ ਕਾਲ ਕਰਾਂ ਤੁਹਾਨੂੰ। ਹਾਂਜੀ, ਕੱਲ ਰੂਬਰੂ ਹੋਣਗੇ ਜੀ, ਮੈਂ ਕਾਲ ਨਹੀਂ ਕਰ ਸਕਿਆ। ਕਈ ਪ੍ਰੋਗਰਾਮ ਤੁਹਾਡੇ ਲਈ ਬਹੁਤ ਹੀ ਪਿਆਰੇ ਹੁੰਦੇ ਨੇ, ਜਿਸ ਪੰਜਾਬੀ ਨੂੰ ਉਹਨਾਂ ਨੇ ਲੋੜ ਹੈ। ਤੇ ਮੇਰੀ ਭੈਣ ਜੀ ਰਾਜਕੁਮਾਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਜੀ। ਬਹੁਤ ਸ਼ੁਕਰੀਆ ਜੀ ਤੁਹਾਡੇ ਨਾਲ ਹੋਈ ਜੀ, ਇਹ ਗੱਲ ਕਰਦੇ ਰਹਿ ਕਰਾਂਗੇ ਹੁਣ ਜੀ। ਜੀ ਜੀ ਰਾਜਕੁਮਾਰ ਜੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਦਰਸ਼ਕੋ, ਮੈਂ ਗੱਲ ਕਰ ਰਿਹਾ ਸੀ ਓਲੰਪਿਕਸ ਦੀ, ਜਿਹੜੇ ਆਪਣੀ ਮੈਨ ਹਾਕੀ ਜਿਹੜੀ ਮੁੰਡਿਆਂ ਨੇ ਬਹੁਤ ਦਿਲ ਲਾ ਕੇ ਕੰਮ ਕੀਤਾ ਅਤੇ ਆਪਾਂ 49 ਸਾਲਾਂ ਬਾਅਦ ਸੈਮੀਫਾਈਨਲ 'ਚ ਪਹੁੰਚੇ ਸੀ। ਉਸ ਤੋਂ ਬਾਅਦ ਜਿਹੜੀ ਲੇਡੀਜ਼ ਜਿਹੜੀ ਕੁੜੀਆਂ ਦੀ ਹਾਕੀ ਹੈ, ਕੁਛ ਘੰਟਿਆਂ ਬਾਅਦ ਉਹਨਾਂ ਦਾ ਅਗਲਾ ਮੈਚ ਹੋਣ ਵਾਲਾ। ਦੁਆ ਪ੍ਰਾਰਥਨਾਵਾਂ ਆਪਣੀਆਂ ਉਹਨਾਂ ਦੇ ਨਾਲ ਨੇ। ਆਪਾਂ ਗੱਲ ਕਰ ਰਹੇ ਸੀ ਜਿਹੜੀ ਡਿਸਕਸ ਥਰੋਅਰ ਹੈ ਆਪਣੀ ਕੁੜੀ ਕਮਲਪ੍ਰੀਤ ਕੌਰ, ਦਰਸ਼ਕੋ ਬੜਾ ਬਾ ਕਮਾਲ ਕੰਮ ਕੀਤਾ। ਹਾਂ, ਉਹ ਕਿਸੇ ਫਾਊਲ ਦਾ ਕਰਕੇ ਜਾਂ ਕਿਸੇ ਕਾਰਨਾਂ ਕਰਕੇ ਉਹ ਜਿਹੜੀ ਅਗਲੇ ਮੈਡਲ ਤੋਂ ਖੁੰਝ ਗਈ ਹੈ, ਪਰ ਦੇਖਣ ਵਾਲੀ ਗੱਲ ਇਹ ਕਿ ਪੂਰੇ ਵਰਲਡ ਦੇ ਵਿੱਚ 6ਵੇਂ ਥਾਂ 'ਤੇ ਆਈ ਹੈ। ਪੂਰੇ ਵਰਲਡ ਦੇ ਵਿੱਚ 6ਵੇਂ ਥਾਂ 'ਤੇ ਆਈ ਹੈ, ਵਧਾਈ ਦੀ ਪਾਤਰ ਹੈ ਕੁੜੀ, ਔਰ ਬੜੀ ਮਿਹਨਤ ਕੀਤੀ ਸੀ ਉਹਨੇ। ਅੱਗੇ ਚੱਲਦੇ ਹਾਂ ਅਤੇ ਹੁਣੀ ਥੋੜ੍ਹਾ ਚਿਰ ਪਹਿਲਾਂ ਆਪਣਾ ਹੋਰ ਆਪਣੇ ਇੰਡੀਆ ਦਾ ਮੁੰਡਾ ਜਿਹੜਾ ਹੈਗਾ ਨੀਰਜ ਚੋਪੜਾ, ਜੈਵਲਿਨ ਥਰੋਅਰ ਆ ਨੀਰਜ ਚੋਪੜਾ, ਉਹ ਫਾਈਨਲ ਲਈ ਕੁਆਲੀਫਾਈ ਕਰ ਗਿਆ। ਦਰਸ਼ਕੋ ਫਾਈਨਲ ਲਈ 86 ਮੀਟਰ ਤੋਂ ਉੱਪਰ ਉਹਨੇ ਜਿਹੜੀ ਲਾਸਟ ਜਿਹੜੀ ਥਰੋ ਜੈਵਲਿਨ ਥਰੋ ਕੀਤੀ ਹੈ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰ ਗਿਆ। ਸਾਡੀਆਂ ਸ਼ੁਭਕਾਮਨਾਵਾਂ ਉਵੇਂ ਉਹਦੇ ਨਾਲ ਨੇ ਅਤੇ ਦੇਖਦੇ ਹਾਂ ਅੱਗੇ ਆਉਣ ਵਾਲਾ ਟਾਈਮ ਉਹਨੂੰ ਕਿੱਥੇ ਤੱਕ ਲੈ ਜਾਂਦਾ, ਅਤੇ ਕੋਸ਼ਿਸ਼ ਆਪਣੀ ਸਾਰਿਆਂ ਦੀ ਦੁਆਵਾਂ ਉਹਦੇ ਨਾਲ ਹੋਣਗੀਆਂ। ਅੱਗੇ ਚੱਲਦੇ ਹਾਂ ਦਰਸ਼ਕੋ, ਕਿ ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਇੱਕ ਹੋਰ ਨੌਜਵਾਨ ਭਾਰਤ ਦਾ ਰਵੀ ਦਾਹੀਆ, ਉਹ ਵੀ ਫਾਈਨਲ ਲਈ ਕੁਆਲੀਫਾਈ ਕਰ ਗਿਆ ਉਹ ਵੀ। ਦਰਸ਼ਕੋ ਅੱਜ 4 ਅਗਸਤ ਇੰਡੀਆ ਦੇ ਵਿੱਚ ਚੜ੍ਹ ਗਿਆ। ਮੈਂ ਤੁਹਾਨੂੰ ਕੁਛ ਰੂਬਰੂ ਕਰਾ ਰਿਹਾ ਗੱਲਾਂ ਦੇ, ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗੇਗਾ ਸੁਣ ਕੇ, ਕਿ 4 ਅਗਸਤ ਹੈ 4 ਅਗਸਤ 1956 ਦੇ ਵਿੱਚ ਏਸ਼ੀਆ ਦਾ ਸਾਰ ਤੋਂ ਪਹਿਲਾ ਜਿਹੜਾ ਨਿਊਕਲੀਅਰ ਰਿਐਕਟਰ ਇੰਡੀਆ ਦੇ ਵਿੱਚ ਲੱਗਿਆ ਸੀਗਾ, ਇੰਡੀਆ ਦੇ ਵਿੱਚ ਏਸ਼ੀਆ ਦਾ ਸਾਰ ਤੋਂ ਪਹਿਲਾਂ ਜਦੋਂ ਇਹ ਚੱਲਿਆ ਸੀਗਾ। ਦਰਸ਼ਕੋ ਇਹਦੇ ਵਿੱਚੋਂ ਨੀਲੀਆਂ ਤਰੰਗਾਂ ਨਿਕਲੀਆਂ ਸੀਗੀਆਂ ਅਤੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹਦਾ ਨਾਮ ਅਪਸਰਾ ਰੱਖਿਆ ਸੀਗਾ, ਅਪਸਰਾ, ਨੀਲੀਆਂ ਤਰੰਗਾਂ ਨਿਕਲੀਆਂ ਸੀਗੀਆਂ। ਅਗੇਨ ਦਰਸ਼ਕੋ, ਕੁਛ ਚਿਰ ਪਹਿਲਾਂ ਹੁਣੀ ਕੁਛ ਘੰਟੇ ਪਹਿਲਾਂ ਇੱਕ ਮੰਦਭਾਗੀ ਘਟਨਾ ਪਠਾਨਕੋਟ ਦੇ ਕੋਲ ਜਿਹੜੀ ਆਪਣੀ ਸਾਗਰ ਜਿਹੜੀ ਰਣਜੀਤ ਸਾਗਰ ਝੀਲ ਆ ਉਹਦੇ ਵਿੱਚ ਆਰਮੀ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਉੱਥੋਂ ਨੇੜੋਂ ਹੀ ਕਿਸੇ ਏਅਰਬੇਸ ਤੋਂ ਉਹ ਚੱਲਿਆ ਸੀ ਕਿਸੇ ਕੰਮ, ਦੋਨੋਂ ਜਿਹੜੇ ਆਪਣੇ ਆਰਮੀ ਦੇ ਜਿਹੜੇ ਉੱਤੇ ਪਾਇਲਟ ਸੀਗੇ ਉਹਨਾਂ ਦੀ ਖੋਜ ਜਾਰੀ ਹੈ ਲਗਾਤਾਰ। ਦੁਆ ਹੈ, ਆਪਣੇ ਦੁਆਵਾਂ ਉਹਦੇ ਨਾਲ ਨੇ, ਪ੍ਰਾਰਥਨਾ ਹੈ, ਅਸੀਂ ਅਰਦਾਸ ਕਰਦੇ ਹਾਂ ਕਿ ਉਹ ਸੁੱਖੀ ਸੰਦੀ ਛੇਤੀ ਲੱਭ ਜਾਣ। ਅੱਗੇ ਚੱਲਦੇ ਹਾਂ ਦਰਸ਼ਕੋ, ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਆਉਣ ਵਾਲੀਆਂ ਨੇ ਦਰਸ਼ਕੋ, ਪਰ ਪਾਵਰ ਪੋਲੀਟਿਕਸ ਚੱਲ ਰਹੀ ਹੈ। ਪਾਵਰ ਪੋਲੀਟਿਕਸ ਦਾ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਦਰਸ਼ਕੋ, ਕਿ ਜਿਹੜਾ ਸਾਰ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਕਿ ਅਸੀਂ 200 ਯੂਨਿਟ ਤੱਕ ਬਿਜਲੀ ਫਰੀ ਕਰ ਦਾਂਗੇ, 200 ਯੂਨਿਟ ਤੱਕ ਬਿਜਲੀ ਫਰੀ ਕਰ ਦਾਂਗੇ। ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਮਾਣਯੋਗ ਅਰਵਿੰਦ ਕੇਜਰੀਵਾਲ ਜੀ ਆਉਂਦੇ ਨੇ ਪੰਜਾਬ, ਉਹ ਕਹਿੰਦੇ ਨੇ ਕਿ ਅਸੀਂ 300 ਯੂਨਿਟ ਤੱਕ ਬਿਜਲੀ ਫਰੀ ਕਰ ਦਾਂਗੇ।
ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਨਾਉਂਸ ਕੀਤਾ ਕਿ ਅਸੀਂ 400 ਯੂਨਿਟ ਤੱਕ ਬਿਜਲੀ ਫ੍ਰੀ ਕਰ ਦਾਂਗੇ। ਮੈਨੂੰ ਨਹੀਂ ਪਤਾ ਕਿ ਚਲੋ ਕੋਈ 200 ਕਰੇ, ਕੋਈ 300 ਕਰੇ, ਕੋਈ 400 ਕਰੇ, ਪਰ ਇੰਨੀ ਬਿਜਲੀ ਲਿਆਉਣੀ ਕਿੱਥੋਂ ਆ? ਤੁਹਾਨੂੰ ਪਤਾ ਹੋਊਗਾ ਤਲਵੰਡੀ ਸਾਬੋ ਵਾਲਾ ਜਿਹੜਾ ਪਾਵਰ ਪਲਾਂਟ ਆ ਉਹ ਆਲਮੋਸਟ ਬੰਦ ਹੋਣ ਦੇ ਕਗਾਰ 'ਤੇ ਆ, ਅਤੇ ਜਿਹੜਾ ਗੋਬਿੰਦਵਾਲ ਸਾਹਿਬ ਵਾਲਾ ਪਲਾਂਟ ਆ ਉਹ ਸਿਰਫ ਅੱਧੇ ਯੂਨਿਟ ਚੱਲ ਰਹੇ ਨੇ, ਅੱਧਾ ਉਹ ਬੰਦ ਹੈ, ਅਤੇ ਜਿਹੜਾ ਰੋਪੜ ਵਾਲਾ ਉਹ ਵੀ ਅੱਧੇ ਤੋਂ ਘੱਟ ਯੂਨਿਟ ਜਿਹੜੇ ਚੱਲ ਰਹੇ ਨੇ, ਪਰ ਬਿਜਲੀ ਲਿਆਉਣੀ ਕਿੱਥੋਂ ਆ? 400 ਯੂਨਿਟ, 300 ਯੂਨਿਟ, 200 ਯੂਨਿਟ। ਅਤੇ ਅੱਗੇ ਚੱਲਦੇ ਹਾਂ ਦਰਸ਼ਕੋ, ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਆਉਣ ਵਾਲੀਆਂ ਨੇ। ਇੱਕ ਬੜੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ, ਬੜੇ ਸੀਨੀਅਰ ਲੀਡਰ ਨੇ, ਮਾਣਯੋਗ ਨੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ, ਉਹਨਾਂ ਦੀ ਬੇਟੀ ਹੈ, ਉਹ ਕੱਲ੍ਹ BJP ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਈ। ਉਹਨਾਂ ਨੇ ਦੁੱਖ ਮਨਾਇਆ, ਪਰ ਮੈਨੂੰ ਤੁਸੀਂ ਕਾਲ ਕਰਕੇ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਦਰਸ਼ਕੋ, ਆਪਦੇ ਕਾਲ ਕਰਕੇ ਵਿਚਾਰ ਸਾਂਝੇ ਕਰਿਓ ਕਿ ਜਿਹੜੇ ਬਲਵੰਤ ਸਿੰਘ ਜਿਹੜੇ ਰਾਮੂਵਾਲੀਆ ਹੈ ਉਹ ਕਦੇ ਸ਼੍ਰੋਮਣੀ ਅਕਾਲੀ ਦਲ 'ਚ ਹੁੰਦੇ ਹੈ, ਫਿਰ ਕਦੇ ਉਹ ਚਲੇ ਜਾਂਦੇ ਸਮਾਜਵਾਦੀ ਪਾਰਟੀ UP ਦੇ ਵਿੱਚ, ਉੱਥੇ ਮੰਤਰੀ ਵੀ ਬਣਾ ਦਿੱਤੇ ਜਾਂਦੇ ਆ, ਫਿਰ ਘੁੰਮ ਕੇ ਆਉਂਦੇ ਆ, ਫਿਰ ਉਹ ਆਪਦੀ ਵੀ ਲੋਕ ਭਲਾਈ ਪਾਰਟੀ ਵੀ ਬਣਾ ਲੈਂਦੇ ਆ, ਔਰ ਉਸ ਤੋਂ ਬਾਅਦ ਦਰਸ਼ਕੋ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ। ਹੁਣ ਕੋਈ ਨਵਾਂ, ਇੱਕ ਵਾਰੀ ਪਤਾ ਲੱਗਿਆ ਸੀਗਾ ਕਿ ਉਹ ਆਪਦੀ ਕੋਈ ਹੋਰ ਨਵੀਂ ਪਾਰਟੀ ਬਣਾਉਣ ਲੱਗਿਆ, ਪਤਾ ਨਹੀਂ ਉਹ ਕਿੱਥੇ ਤੱਕ ਸੱਚਾਈ ਹੈ, ਪਰ ਗੱਲ ਹੈ ਕਿ ਜੇ ਬੇਟੀ ਭਾਰਤੀ ਜਨਤਾ ਆਫਕੋਰਸ ਆਪਣੇ ਜਿਹੜੇ ਆ ਚੱਲ ਰਹੇ ਨੇ ਇੱਕ ਦੂਜੇ ਨਾਲ ਅੰਡਰਸਟੈਂਡਿੰਗ, ਮਿਸਅੰਡਰਸਟੈਂਡਿੰਗ ਭਾਰਤੀ ਜਨਤਾ ਪਾਰਟੀ ਨਾਲ ਤਾਂ ਕਿਸਾਨਾਂ ਦੀ ਚੱਲ ਰਹੀ ਹੈ, ਖਾਸ ਕਰਕੇ ਪੰਜਾਬੀਆਂ ਦੀ, ਹਰਿਆਣੇ ਵਾਲੀ ਦੀ, ਕਿਉਂਕਿ ਇਹ ਜਿਹੜੇ 3 ਲਾਅ ਨੇ ਉਹ ਆਪਾਂ ਰੀਅਪੀਲ ਕਰਾਉਣੇ ਹੈ, ਪਰ ਉਸ ਤੋਂ ਬਾਅਦ ਤਾਂ ਕੋਈ ਭਾਰਤੀ ਜਨਤਾ ਪਾਰਟੀ ਜਾਵੇ, ਕਾਂਗਰਸ ਜਾਵੇ, ਉਹਨਾਂ ਦੀ ਹੈ। ਦਰਸ਼ਕੋ ਹੋਰ ਬਹੁਤ ਮੁੱਦੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਦੋਂ ਤੱਕ ਗਿਲਜੀਆਂ ਸਾਹਿਬ ਆਪਣੇ ਨਾਲ ਨਹੀਂ ਜੁੜਦੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦੇ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਮੈਂ ਤੁਹਾਡਾ ਗੁਰਲਾਲ ਰੂਬਰੂ ਹੁੰਦਾ, ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਇਵੈਂਟ ਕਾਫੀ ਖੁੱਲ੍ਹ ਗਏ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਹੋਵੇ, ਅਸੀਂ ਕੋਈ ਹੈਲਪ ਕਰ ਸਕਦੇ ਹਾਂ ਐਡਵਰਟਾਈਜ਼ਮੈਂਟ ਦੀ, ਪਲੀਜ਼ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ, info@justbroadcasting.com ਜਾਂ ਫਿਰ 209-450-3328 ਦੇ ਉੱਤੇ ਸੰਪਰਕ ਕਰਕੇ ਆਪਦਾ ਜੋ ਕੰਟੈਕਟ ਕਰਕੇ ਤੁਸੀਂ ਐਡਵਰਟਾਈਜ਼ਮੈਂਟ ਲਈ ਪੁੱਛ ਸਕਦੇ ਹੋ। ਦਰਸ਼ਕੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਕੱਲ੍ਹ ਆਪਣੇ ਸੈਂਟਾ ਕਲਾਰਾ ਕਾਊਂਟੀ ਨੇ ਅਤੇ ਅਲਮੀਡਾ ਕਾਊਂਟੀ ਨੇ ਦੁਬਾਰਾ ਮਾਸਕ ਰੀਇਨਫੋਰਸਮੈਂਟ ਪਾਲਿਸੀ ਜਿਹੜੀ ਇਸ਼ੂ ਕੀਤੀ ਹੈ ਕਿ ਇਨਡੋਰ ਕਿਤੇ ਵੀ ਜਾਣਾ ਆ ਅਤੇ ਆਪਾਂ ਨੂੰ ਦੁਬਾਰਾ ਮਾਸਕ ਲਾਉਣੇ ਪੈਣੇ ਆ, ਚਾਹੇ ਉਹ ਸੈਂਟਾ ਕਲਾਰਾ ਕਾਊਂਟੀ ਆ ਜਾਂ ਅਲਮੀਡਾ ਕਾਊਂਟੀ ਆ, ਦੋਨਾਂ ਦੇ ਵਿੱਚ ਹੋ ਸਕਦਾ ਕਿਤੇ ਹੋਰ ਕਿਸੇ ਹੋਰ ਕਾਊਂਟੀਜ਼ 'ਚ ਵੀ ਹੋਵੇ, ਪਰ ਸੋ ਫਾਰ ਜਿਹੜੀ ਇਨਫੋਰਮੇਸ਼ਨ ਜਿੱਥੇ ਅਸੀਂ ਰਹਿ ਰਹੇ ਹਾਂ ਦੋਨਾਂ ਕਾਊਂਟੀਜ਼ ਦੇ ਵਿੱਚ ਰੀਇਨਫੋਰਸਮੈਂਟ ਜੀ ਰੀਇਨਫੋਰਸ ਕੀਤੀ ਗਈ ਹੈ ਇਹ ਜਿਹੜੀ ਪਾਲਿਸੀ। ਉਸ ਤੋਂ ਬਾਅਦ ਹੁਣੇ ਹੁਣੇ ਇੱਕ ਹੋਰ ਪੋਜ਼ਿਟਿਵ ਨੋਟ ਓਲੰਪਿਕਸ 'ਚੋਂ ਨਿਕਲ ਕੇ ਆਈ ਹੈ ਦਰਸ਼ਕੋ, ਉਹ ਹੈਗਾ ਕਿ ਸਾਡਾ ਕੁਸ਼ਤੀ ਦਾ ਜਿਹੜਾ ਹੈਗਾ ਆ ਦੀਪਕ ਪੂਨੀਆ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਿਆ ਹੈ। ਦੀਪਕ ਪੂਨੀਆ ਬਹੁਤ ਬਹੁਤ ਸ਼ੁਭ ਇੱਛਾਵਾਂ ਉਹਨਾਂ ਨੂੰ। ਦਰਸ਼ਕੋ ਅੱਜ ਨਾ ਇੱਕ ਬਹੁਤ ਵਧੀਆ ਜਿਹੜੀ ਇੱਕ ਸੀਨਰੀ ਦੇਖਣ ਨੂੰ ਮਿਲੀ ਪਾਰਲੀਮੈਂਟ ਦੇ ਮੋਹਰੇ, ਪਾਰਲੀਮੈਂਟ ਦੇ ਮੋਹਰੇ ਅੱਗੇ ਇੱਕ ਸੀਨਰੀ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ ਜੀ, ਉਹ ਕਣਕ ਦੇ ਬੂਟੇ ਯਾਨੀ ਕਿ ਛਿੱਟੇ ਵਾਲੇ ਜਿਹੜੇ ਕਣਕ ਹੁੰਦੀ ਛਿੱਟੇ ਲੈ ਕੇ ਖੜ੍ਹੇ ਆ ਮੋਹਰੇ, ਤੋ ਹਰੇਕ ਨੂੰ ਦੇ ਰਹੇ ਜਿਹੜੇ ਉੱਥੋਂ ਦੀ ਜਾ ਰਹੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ, ਚਾਹੇ ਉਹ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ, ਤਾਂ ਬੜੇ ਹੱਸ ਕੇ ਲੈ ਕੇ ਫੋਟੋ ਖਿਚਾਈ। ਪਰ ਉਸ ਤੋਂ ਬਾਅਦ ਦੇਖਣ ਨੂੰ ਇਹ ਮਿਲਿਆ ਕਿ ਆਪਣੇ ਦੇਖਣ ਨੂੰ ਇਹ ਮਿਲਿਆ ਕਿ ਹੇਮਾ ਮਾਲਣੀ ਨੂੰ ਵੀ ਉਹ ਦੇ ਰਿਹਾ। ਉਹਦੇ ਪਿੱਛੇ ਇੱਕ ਕਿੱਸਾ ਜਿਹੜਾ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੂੰਗਾ। ਆਪਣੇ ਨਾਲ ਇੱਕ ਕਾਲਰ ਜੁੜ ਗਿਆ, ਉਸ ਤੋਂ ਬਾਅਦ ਜੀ ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲ ਰਹੇ ਹੋ ਤੁਸੀਂ? ਓਨ ਏਅਰ ਹੋ? ਹਾਂਜੀ ਹਰਜਿੰਦਰ ਸਿੰਘ ਬੋਲ ਰਹੇ ਸੀ ਜੀ। ਹਰਜਿੰਦਰ ਸਿੰਘ ਜੀ ਸਵਾਗਤ ਤੁਹਾਡਾ, ਕੀ ਕਹਿਣਾ ਚਾਹੋਗੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਗੱਲ ਕਰਦਾ ਜੀ, ਰਾਮੂਵਾਲੀਆ ਦੀ ਗੱਲ ਹੋਈ ਸੀ, ਰਾਮੂਵਾਲੀਆ ਦੀ ਗੁੱਡੀ ਜੀ ਉੱਧਰ ਵੀ ਚੜ ਗਈ BJP 'ਚ। ਜੀ 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 ਭਾਜੀ। ਹਾਂਜੀ ਉਹ ਜੀ ਇੱਦਾਂ ਮੈਂ ਸੁਣੀਆਂ, ਦੋਨਾਂ ਦੀਆਂ ਸੁਣੀਆਂ ਗੱਲਾਂ, ਉਹਦੀਆਂ ਵੀ ਸੁਣੀਆਂ, ਉਹਦੀਆਂ ਰਾਮੂਵਾਲੀ ਦੀਆਂ ਵੀ ਸੁਣੀਆਂ। ਜੀ 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 ਹਰਜਿੰਦਰ ਸਿੰਘ ਜੀ ਜੀ। ਹਾਂ ਤੇ ਉਹ ਰਾਮੂਵਾਲੀ ਦਾ ਬੱਸ ਦੀ ਗੱਲ ਨਹੀਂ, ਕਿਉਂਕਿ ਸੋਰੀ ਗਈ ਸੀਗੀ। ਅੱਛਾ ਜਿਹੜਾ ਬੰਦਾ ਸੋਰੀ ਚਲ ਗਿਆ ਹਨਾ, ਉਹ ਸੋਹਰਿਆਂ ਦੀ ਮੰਨਣੀ ਉਹਨਾਂ ਨੂੰ ਜ਼ਿਆਦਾ ਪੈਂਦੀ ਆ। ਜੀ ਜੀ
ਰਾਮੂ ਵਾਲੀਆਂ ਦੇ ਬਸ ਦੀ ਗੱਲ ਨਹੀਂ ਰਹੀ ਨਾ ਰਾਮੂ ਵਾਲਿਆਂ ਨੂੰ ਪੁੱਛਿਆ ਰਾਮੂ ਵਾਲੀਆਂ ਨੇ ਜਿਹੜਾ ਕੰਮ ਆਪਣੇ ਪੰਜਾਬੀਆਂ ਲਈ ਕੀਤਾ ਪਰ ਪੰਜਾਬੀਆਂ ਨੇ ਰਾਮੂ ਵਾਲੀਏ ਦਾ ਸਾਥ ਕਿਸੇ ਵੀ ਨਹੀਂ ਦਿੱਤਾ ਜੀ ਮੈਨੂੰ ਯਾਦ ਹੈ ਜਦੋਂ ਇਹ ਯੂਨੀਅਨ ਮਿਨਿਸਟਰ ਹੁੰਦੇ ਸੀ ਖਾਸ ਕਰਕੇ NRI ਇਸ ਲਈ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਮੈਂ ਮੈਂਸ਼ਨ ਵੀ ਕਿਸੇ ਪ੍ਰੋਗਰਾਮ 'ਚ ਕੀਤਾ ਸੀ ਜੀ ਹਰਜਿੰਦਰ ਸਿੰਘ ਜੀ ਹਾਂਜੀ ਜਿੰਨੇ ਵੀ ਆਪਣੇ ਪੰਜਾਬੀ ਭਾਰਤੀ ਜੀ ਜੀ ਜਾਂ ਪਾਕਿਸਤਾਨ 'ਚ ਫਸੇ ਆ ਜਾਂ ਕਿਸੇ ਅਰਬ ਕੰਟਰੀਆਂ 'ਚ ਫਸੇ ਆ ਉਹਨਾਂ ਨੂੰ ਮੰਗਵਾਉਣ ਵਾਲਾ ਬਲਵੰਤ ਸਿੰਘ ਰਾਮੂ ਵਾਲੀਆ ਜੀ ਜੀ ਹੈਨਾ ਕਿਸੇ ਵੀ ਮੈਨੂੰ ਰੀਡਰ ਨੇ ਇੰਨੇ ਬੰਦੇ ਨਹੀਂ ਮੰਗਾਏ ਹੋਣੇ ਜਿੰਨੇ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਮੰਗਾਏ ਆ ਹਰਜਿੰਦਰ ਸਿੰਘ ਜੀ ਭਗਵੰਤ ਮਾਨ ਨੇ ਉਪਰਾਲਾ ਬਹੁਤ ਚੰਗਾ ਕੀਤਾ ਪਰ ਐਟ ਦ ਸੇਮ ਟਾਈਮ ਆਪਾਂ ਰਾਮੂ ਵਾਲੀਆ ਨੇ ਜੋ ਕੀਤਾ ਉਹ ਵੀ ਆਪਾਂ ਅੱਖੋਂ ਪੁਰਾਣਾ ਨਹੀਂ ਕਰ ਸਕਦੇ ਨਹੀਂ ਉਹ ਜਿੰਨਾ ਭਗਵੰਤ ਮਾਨ ਨੇ ਕੀਤਾ ਨਹੀਂ ਮੈਂ ਕਹਿੰਦਾ ਭਗਵੰਤ ਮਾਨ ਨੇ ਨਹੀਂ ਕੀਤਾ ਪਰ ਜਿੰਨੇ ਅੱਜ ਤੋਂ ਪਹਿਲਾਂ ਜਿੰਨੇ ਰਾਮੂ ਵਾਲੀਆ ਨੇ ਬੰਦੇ ਮੰਗਾਏ ਹੋਣੇ ਮੈਨੂੰ ਮੈਂ ਭਗਵੰਤ ਮਾਨ ਨੇ ਹਲੇ ਨਹੀਂ ਮੰਗਾਏ ਚਲੋ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਜੇ ਸਾਡੇ ਭਾਰਤੀ ਮੁੰਡੇ ਮੰਗਾਏ ਆ ਤਾਂ ਹਾਂਜੀ ਹਾਂਜੀ ਹੈਨਾ ਪਰ ਰਾਮੂ ਵਾਲੀਆ ਨੇ ਬਹੁਤ ਉਪਰਾਲਾ ਕੀਤਾ ਜੋ ਆਪਣੀਆਂ ਕੁੜੀਆਂ ਬਾਹਰ ਗਈਆਂ ਮੁੰਡੇ ਬਾਹਰ ਗਏ ਸੀ ਕੁੜੀਆਂ ਨਾਲ ਵਿਆਹ ਕਰਾ ਕੇ ਉਹਨਾਂ ਬਾਰੇ ਬਹੁਤ ਕੁਛ ਕੀਤਾ ਜੀ 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 ਜਿੰਨਾ ਪੰਜਾਬ ਨੂੰ ਮੈਨੂੰ ਮੈਂ ਰਾਮੂ ਵਾਲੀਆ ਦੀ ਦੇਣ ਆ ਇੰਨੀ ਕਿਸੇ ਦੀ ਹੈ ਨੀਗੀ ਜੀ ਹੈਨਾ ਰਾਮੂ ਵਾਲੀਏ ਤਾਂ ਹੁਣ ਲੋਕੀ ਉਂਗਲਾਂ ਨਾਲ ਚੱਕਦੇ ਆ ਪਰ ਰਾਮੂ ਵਾਲੀਏ ਦੇ ਪਿੱਛੇ ਜਿਹੜਾ ਕੰਮ ਕੀਤੇ ਉਹ ਨੀ ਕੋਈ ਕਹਿੰਦਾ ਵੀ ਇਹਨਾਂ ਆਹ ਕੰਮ ਕੀਤੇ ਪਾਕਿਸਤਾਨ ਦੇ ਵਿੱਚੋਂ ਜਿਹੜੇ ਮੁੰਡੇ ਮੰਗਾਏ ਆ ਉਹ ਉਹਨਾਂ ਦੀ ਕੋਈ ਉਮੀਦ ਨਹੀਂ ਸੀ ਵੀ ਕੋਈ ਮੰਗਾ ਸਕਦਾ ਜੀ 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 ਹਰਜਿੰਦਰ ਸਿੰਘ ਜੀ ਇੱਥੇ ਕੁਐਸਚਨ ਇਹ ਕਿ ਇਹ ਕੰਮ ਉਹਨਾਂ ਨੇ ਬਹੁਤ ਖਾਸ ਕਰਕੇ ਵਾਜਪੇਈ ਦੀ ਵਜ਼ਾਰਤ ਦੇ ਵਿੱਚ ਜਦੋਂ ਇਹ ਸੀਗੇ ਇਹਨਾਂ ਨੇ ਕੰਮ ਕਾਫੀ ਚੰਗੇ ਕੀਤੇ ਆ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ UP ਚਲੇ ਗਏ ਜਾਂ ਆਪਦੀ ਇਹਨਾਂ ਨੇ ਆਪਦੀ ਅੱਡ ਪਾਰਟੀ ਬਣਾ ਲਈ ਉਦੋਂ ਥੋੜ੍ਹੀ ਜਿਹੀ ਲੋਕਾਂ ਨੂੰ ਲੱਗਿਆ ਕਿ ਨਹੀਂ ਇੱਕ ਸਟੈਂਡ 'ਤੇ ਖੜਨਾ ਚਾਹੀਦਾ ਪਰ ਅਗੇਨ ਜਿਹੜੇ ਕੰਮ ਕੀਤੇ ਆ ਉਹਨਾਂ ਦੀ ਜਿਹੜੀ ਭਰਪੂਰ ਪ੍ਰਸ਼ੰਸਾ ਹੋਣੀ ਚਾਹੀਦੀ ਆ ਐਪਰੀਸ਼ੀਏਸ਼ਨ ਉੱਥੇ ਹੋਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਲੋਕ ਭਲਾਈ ਪਾਰਟੀ ਹਾਂਜੀ 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 ਕੁਛ ਹੋਰ ਕਹਿਣਾ ਚਾਹੋਗੇ ਜੀ ਹਾਂਜੀ ਲੋਕ ਭਲਾਈ ਪਾਰਟੀ ਬੁਲਾਈ ਰਾਮੂ ਵਰਗੇ ਨਾ ਜੀ 22 ਸਾਲ ਪਾਰਟੀ ਰੱਖੀ ਜੀ ਲੋਕ ਭਲਾਈ ਪਾਰਟੀ 22 ਸਾਲ ਰੱਖੀ 22 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਬੰਦੇ ਨੇ ਮੰਗਾਏ ਆ ਉਹਨੇ ਵੀ ਮੈਨੂੰ ਵੈਸੇ ਨੂੰ ਵੋਟ ਨਹੀਂ ਪਾਈ ਜਿਹਨੇ ਵੀ ਜਿੱਦਾਂ ਜਾਂ ਉਹ ਅਰਬ ਕੰਟਰੀਆਂ ਤੋਂ ਮੰਗਾਏ ਆ ਜਾਂ ਪਾਕਿਸਤਾਨ ਤੋਂ ਮੰਗਾਏ ਆ ਮੈਨੂੰ ਮੈਦ ਨਹੀਂ ਉਹਨਾਂ ਬੰਦਿਆਂ ਨੇ ਵੀ ਰਾਮੂ ਵਾਲੀਆ ਨੂੰ ਵੋਟ ਨਹੀਂ ਪਾਈ ਹੋਣੀ ਚਲੋ ਹਰਜਿੰਦਰ ਸਿੰਘ ਜੀ ਇਹ 'ਚ ਇਹ ਆ ਜਾਂਦਾ ਨਾ ਕਿ ਆਪਾਂ ਕਿਸੇ ਨੇ ਵੋਟ ਕਿੱਥੇ ਕੀ ਪਾਈ ਕੀ ਨਹੀਂ ਆਪਾਂ ਤਾਂ ਇਹ ਕਹਿ ਸਕਦੇ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਉਹਦੇ ਪਿੱਛੇ ਖੜਨਾ ਜ਼ਰੂਰ ਚਾਹੀਦਾ ਆ ਉਹਦੇ ਪਿੱਛੇ ਖੜਨਾ ਜ਼ਰੂਰ ਚਾਹੀਦਾ ਕਿਉਂਕਿ ਮੈਂ ਇਹ ਆਪਣੇ ਭਾਰਤ ਵਾਸੀਆਂ ਨੂੰ ਗੱਲ ਕਹਿਣਾ ਚਾਹੁੰਦਾ ਵੀ ਜੋ ਵੀ ਬੰਦਾ ਜਿਹੜਾ ਕੰਮ ਕਰਦਾ ਉਹਦੇ ਮਗਰ ਖੜੋ ਜਿਹੜੀਆਂ ਫਰੌਡ ਪਾਰਟੀਆਂ ਉਹਨਾਂ ਮਗਰ ਨਾ ਖੜੋ ਜੀ ਜੀ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਤੁਹਾਡਾ ਕਾਲ ਕਰਨਾ ਓਕੇ ਥੈਂਕ ਯੂ ਦਰਸ਼ਕੋ ਆਪਾਂ ਗੱਲ ਕਰ ਰਹੇ ਸੀਗੇ ਕਿ ਅੱਜ ਜਿਹੜੇ ਕਣਕ ਦੇ ਛਿੱਟੇ ਲੈ ਕੇ ਹਰਸਿਮਰਤ ਕੌਰ ਬੀਬਾ ਜੀ ਉੱਥੇ ਖੜ੍ਹੇ ਸੀ ਉਹ ਦੇ ਰਹੀ ਸੀ ਹਰੇਕ ਨੂੰ ਸ਼ਸ਼ੀ ਥਰੂਰ ਜੀ ਨੇ ਵੀ ਲਿਆ ਉਸ ਤੋਂ ਬਾਅਦ ਹੇਮਾ ਮਾਲਨੀ ਜੀ ਉਹਨਾਂ ਦੇ ਕੋਲ ਦੀ ਜਦੋਂ ਲੰਘਣ ਲੱਗੇ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਦਿੱਤਾ ਕਿੱਸਾ ਇਹ ਹੈ ਕਿ ਇਹ ਹੇਮਾ ਮਾਲਨੀ ਜੀ ਉਹੀ ਇੱਕ ਹੈਲੀਕਾਪਟਰ 'ਚ ਹੈਲੀਪੈਡ 'ਤੇ ਕਿਤੇ ਉਤਰਦੇ ਨੇ ਆਪਦੇ ਜਿਹੜਾ ਉਹਨਾਂ ਦਾ ਲੋਕ ਸਭਾ ਏਰੀਆ ਆ UP ਦੇ ਵਿੱਚ ਅਤੇ ਉੱਥੋਂ ਇੱਕ ਮਹਿੰਗੀ ਗੱਡੀ ਦੇ ਵਿੱਚ ਕਿਸੇ ਖੇਤ 'ਚ ਜਾਂਦੇ ਨੇ ਦੋ ਚਾਰ ਛਿੱਟੇ ਪੁੱਟ ਕੇ ਫੋਟੋਆਂ ਬੜੀਆਂ ਸੋਸ਼ਲ ਮੀਡੀਆ 'ਤੇ ਕਰਦੇ ਕਿ ਮੈਂ ਵੀ ਕਿਸਾਨ ਹਾਂ ਪੂਰੀ ਮਹਿੰਗੀ ਸਾੜੀ ਪੂਰੀ ਮਹਿੰਗੀ ਗੱਡੀ ਦੇ ਵਿੱਚ ਜਾ ਕੇ ਅਤੇ ਉਹਨਾਂ ਨੂੰ ਇੱਕ ਛਿੱਟਾ ਫੜਾਇਆ ਗਿਆ ਅਤੇ ਮੈਨੂੰ ਉਹ ਸੀਨ ਯਾਦ ਆ ਗਿਆ ਕਿ ਇੱਕ ਹੁੰਦਾ ਧਰਾਤਲ 'ਤੇ ਜੁੜਿਆ ਹੋਇਆ ਬੰਦਾ ਜਿਹਨੇ ਕਣਕ ਵੱਢਣੀ ਹੈ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਇੱਕ ਹੁੰਦਾ ਦੋ ਛਿੱਟੇ ਵੱਢ ਕੇ ਸੋਸ਼ਲ ਮੀਡੀਆ 'ਤੇ ਹੋਣਾ ਕਿ ਮੈਂ ਵੀ ਕਿਸਾਨ ਹਾਂ ਸੋਚਣੀ ਦਾ ਬਹੁਤ ਫਰਕ ਆ ਉਹਨਾਂ ਨੂੰ ਮੇਰੇ ਖਿਆਲ ਨਹੀਂ ਹੈ ਛਿੱਟਾ ਜਿਹੜਾ ਕਣਕ ਦਾ ਛਿੱਟਾ ਉਹਨਾਂ ਨੂੰ ਫੜਾਇਆ ਗਿਆ ਆ ਉਹ ਉਹਨਾਂ ਨੂੰ ਜਿਹੜਾ ਹੈ ਕੋਈ ਉਹਨਾਂ ਦੇ ਦਿਮਾਗ ਵਿੱਚ ਵੀ ਆਇਆ ਹੋਊਗਾ ਕਿ ਇਹ ਤਿੰਨ ਕ੍ਰਿਸ਼ੀ ਕਾਨੂੰਨਾਂ ਨੂੰ ਜਿਹੜੀ ਬਣਾਏ ਗਏ ਆ ਉਹਨਾਂ ਦੇ ਵਾਸਤੇ ਤੈਨੂੰ ਯਾਦ ਦਿਵਾਉਣ ਲਈ ਕਿ ਤੁਸੀਂ ਜਾ ਕੇ ਅੰਦਰ ਇਸ ਚੀਜ਼ ਦਾ ਵਿਰੋਧ ਕਰੋ ਕੀ ਉਹਦੇ ਦਿਮਾਗ ਦੇ ਵਿੱਚ ਆਇਆ ਹੋਊਗਾ ਸੋਚਣ ਵਾਲੀ ਗੱਲ ਹੈ ਦਰਸ਼ਕੋ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਨੇਤਾ ਸੋ ਫਾਰ ਸੰਯੁਕਤ ਕਿਸਾਨ ਮੋਰਚਾ ਇੱਕ ਜਗ੍ਹਾ ਬਿਲਕੁਲ ਸਹੀ ਹੈ ਸਿਰਫ ਅਤੇ ਸਿਰਫ ਗੁਰਨਾਮ ਸਿੰਘ ਚਡੂਣੀ ਜਿਹੜੇ ਹਰਿਆਣਾ ਦੇ ਲੀਡਰ ਨੇ ਕਿਸਾਨਾਂ ਦੇ ਉਹ ਆਪਦੀ ਜਿਹੜੀ ਸਟੇਟਮੈਂਟ 'ਤੇ ਪੂਰੀ ਤਰ੍ਹਾਂ ਖੜ੍ਹੇ ਨੇ ਅੱਜ ਉਹ ਨਵਾਂਸ਼ਹਿਰ ਦੇ ਬੰਗਾਂ ਦੇ ਖਟਕਣ ਕਲਾਂ ਵਿੱਚ ਗਏ ਭਗਤ ਸਿੰਘ ਦੀ ਜਿਹੜੀ ਜਗ੍ਹਾ 'ਤੇ ਉੱਤੇ ਜਾ ਕੇ ਉਹਨਾਂ ਨੇ ਆਪਦਾ ਫੁੱਲ ਅਰਪਣ ਕੀਤਾ ਅਤੇ ਉੱਥੇ ਉਹਨਾਂ ਨੇ ਫਿਰ ਇਹ ਕਿਹਾ ਕਿ ਕਿਸਾਨ ਹੋ ਸਕਦਾ ਆਪ ਜਗ੍ਹਾ ਸਹੀ ਹੋਣ ਕਿ ਜੇ ਕਿਸਾਨਾਂ ਦੇ ਮੁੱਦੇ ਹੱਲ ਕਰਾਉਣੇ ਆ ਤਾਂ ਆਪਾਂ ਨੂੰ ਆਪ ਰਾਜਨੀਤੀ ਵਿੱਚ ਆਉਣਾ ਪਊਗਾ ਅੱਜ ਉਹਨਾਂ ਨੇ ਫਿਰ ਇਹ ਬੜਾ ਕਲੀਅਰ ਕਿਹਾ ਉਹ ਕਹਿੰਦੇ ਕਿ ਮੈਂ ਨਹੀਂ ਹਲੇ ਡਿਸਾਈਡ ਕੀਤਾ ਕਿ ਮੇਰੀ ਪਾਰਟੀ ਕਿਹੜੀ ਹੋਊਗੀ ਮੈਂ ਨਹੀਂ ਡਿਸਾਈਡ ਕੀਤਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ CM ਦਾ ਚਿਹਰਾ ਕਹੋ ਕੌਣ ਹੋਊਗਾ ਜੇ ਪੰਜਾਬ 'ਚ ਲੜੋਗੇ ਉਹ ਕਹਿੰਦੇ ਇਹ ਤਾਂ ਇੱਕ ਵਿਚਾਰ ਹੈ
एक विचार है कि असी देवी लाल नू वोटा पा के देख लिया, बंसी लाल नू वोटा पा के देख लिया, भजन लाल नू पा के देख लिया, मनोहर लाल खट्टर नू पा के देख लिया। हरियाणे की गल कर रहे सी, कहिंदे किसी ने किसानां वाल दी गल उन्नी नहीं कीती जिंती जिहड़ी कीती जानी चाहीदी सी। इस करके उह कहिंदे कि जे आपां अपणियां मंगां मनवाउणियां आ, इस करके आपां नूं आप नूं खुद नूं इहदे विच राजनीति विच आउणा पऊगा। हुण इहदे विच इहदे नाल जिहड़े अंदोलन बिढ़िया होया किसानां ने, इहदे उत्ते किन्ना क की फर्क पऊगा इहनां नाल वक्त दसूगा। उह उहनां ने इह वी कहा कि जे संयुक्त किसान मोर्चा उहनां नूं फिर सस्पेंड करदा तां सस्पेंशन लैण लई वी तैयार ने। दर्शक, उस तो बाद आपां गल करिए कि किसान आपदी बराबर संसद लगा रहे हैं, क्योंकि मानसून सत्र चल रहा है पार्लियामेंट दे विच, ते वो आपदी बराबर सत्र चला रहे हैं जंतर मंतर दे उत्ते। गाहे बगाहे उन्हां दे कोल राजनेता भी जांदे रहिंदे ने आपदी हाजरी भरवाउण। अज केरला दे किसान बहुत वड्डी मात्रा दे विच शमूलियत कीती, उत्थों दे कई नेता भी आए, जिहड़े नॉर्थ इंडिया तों देखण वाले दो वड्डे चेहरे उह सीगे कि कांग्रेस दे सरदार प्रताप सिंह बाजवा ते दीपेंद्र हुड्डा जिहड़े हरियाणा तों एम पी ने राज्यसभा दे, ਇਹ ਦੋਨੋਂ ਉੱਥੇ ਉਹਨਾਂ ਦੇ ਕੋਲ ਪਹੁੰਚੇ ਹੋਏ ਸੀਗੇ। ਪਰ ਦੇਖਣ ਦੀ ਗੱਲ ਇਹ ਹੈ ਕਿ ਕਿਸਾਨਾਂ ਨੇ ਕੋਈ ਵਿਰੋਧ ਨਹੀਂ ਕੀਤਾ, ਹਾਲਾਂਕਿ ਉਹਨਾਂ ਨੂੰ ਸਟੇਜ 'ਤੇ ਜਾਣ ਦਾ ਕੋਈ ਆਮੰਤ੍ਰਿਤ ਨਹੀਂ ਕੀਤਾ ਗਿਆ, ਪਰ ਉਹਨਾਂ ਨੇ ਬਾਹਰ ਖੜ ਕੇ ਆਪਦੀ ਗੱਲ ਕੀ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਛੇਤੀ ਤੋਂ ਛੇਤੀ ਇਹ ਮਾਮਲਾ ਜਿਹੜਾ ਹੈ ਉਹ ਸੁਲਝ ਜਾਣਾ ਚਾਹੀਦਾ ਹੈ। ਪਰ ਕੇਰਲਾ ਤੋਂ ਆਏ ਹੋਏ ਕਿਸਾਨ, ਹਾਲਾਂਕਿ ਉਹਨਾਂ ਦੀ ਜਿਹੜੀ ਹਿੰਦੀ ਆ ਬਹੁਤ ਅਟਕ ਅਟਕ ਕੇ ਆ ਰਹੀ ਸੀ, ਇੱਕ ਖਾਸ ਕਰਕੇ ਇੱਕ ਲੇਡੀ ਕਿਸਾਨ ਨੇਤਾ ਬਹੁਤ ਹੀ ਅੱਛੇ ਵਿਚਾਰ ਰੱਖ ਕੇ ਗਈ, ਜਿਹੜੇ ਕਿ ਦੇਖਣ ਵਾਲੇ ਸੁਣਨ ਵਾਲੇ ਸੀਗੇ ਕਿ ਕਿਸ ਤਰ੍ਹਾਂ ਇਹ ਸਰਕਾਰ ਬਿਹੇਵ ਕਰ ਰਹੀ ਹੈ। ਔਰ ਮੈਂ ਤੁਹਾਨੂੰ ਦੱਸਦਾ ਕਿ ਕੇਰਲਾ ਇੱਕ ਅਗਾਂਹ ਵਧੂ ਸਟੇਟ ਹੈ, ਬਹੁਤ ਇੰਡੀਆ ਦੇ ਵਿੱਚੋਂ ਦੇਖੇ ਤਾਂ ਸਭ ਤੋਂ ਵੱਧ ਜਿਹੜੇ ਦੋ ਚਾਰ ਸਟੇਟ ਪੜ੍ਹੇ ਲਿਖੇ ਆ, ਜਿੱਦਾਂ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਸਭ ਤੋਂ ਪੜ੍ਹੇ ਲਿਖਿਆਂ ਦਾ ਆਉਂਦਾ, ਉੱਦਾਂ ਇੰਡੀਆ ਦੇ ਵਿੱਚ ਵੀ ਕੇਰਲਾ ਸਭ ਤੋਂ ਪੜ੍ਹੇ ਲਿਖੇ ਲੋਕਾਂ ਦਾ ਇੱਕ ਸਟੇਟ ਹੈ, ਅਤੇ ਬਹੁਤ ਵਧੀਆ ਉਹਨਾਂ ਨੇ ਆਪਦੇ ਵਿਚਾਰ ਰੱਖੇ। ਦਰਸ਼ਕ, ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਇਸ ਤੋਂ ਬਾਅਦ ਆਪਣੇ ਨਾਲ ਜੁੜਨਗੇ ਸੰਗਤ ਸਿੰਘ ਗਿੱਲ ਜੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਬ੍ਰੇਕ ਤੋਂ ਬਾਅਦ। ਐਜ਼ ਆਈ ਪ੍ਰੋਮਿਸ, ਜਿੱਦਾਂ ਕਿਹਾ ਸੀਗਾ, ਕਾਂਗਰਸ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਸਟੇਟ ਦੇ ਸੰਗਤ ਸਿੰਘ ਗਿੱਲ ਜੀ ਆ, ਜਿਹੜੇ ਕਿ ਸਿਟਿੰਗ ਐਮ ਐਲ ਏ ਨੇ ਦਸੂਹਾ ਤੋਂ ਸਾਡੇ ਨਾਲ ਜੁੜ ਗਏ ਨੇ ਫੋਨ 'ਤੇ। ਪਹਿਲਾਂ ਤੁਹਾਨੂੰ ਸਵਾਗਤ, ਉੜਮੁੜ ਟਾਂਡਾ, ਆਮ ਸਾਰੇ ਹਾਂਜੀ ਉੜਮੁੜ ਟਾਂਡਾ, ਗਲਤੀ ਹੋ ਗਈ ਜੀ, ਉੜਮੁੜ ਟਾਂਡਾ ਉੜਮੁੜ। ਗਿਲਜੀਆਂ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗਿਲਜੀਆਂ ਸਾਹਿਬ, ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ, ਤੁਸੀਂ ਵਰਕਿੰਗ ਪ੍ਰੈਜ਼ੀਡੈਂਟ ਬਣੇ ਨਵਜੋਤ ਸਿੰਘ ਸਿੱਧੂ ਨਾਲ, ਅਤੇ ਹੋਪ ਤੁਸੀਂ ਲੋਕਾਂ ਦੀ ਉਮੀਦਾਂ 'ਤੇ ਖਰੇ ਉਤਰੋਗੇ। ਗਿਲਜੀਆਂ ਸਾਹਿਬ, ਆਪਾਂ ਮੈਨੂੰ ਪਤਾ ਤੁਹਾਡੇ ਕੋਲ ਵੀ ਟਾਈਮ ਥੋੜ੍ਹਾ, ਅਤੇ ਆਪਾਂ ਸਿੱਧਾ ਕੁਐਸਚਨਾਂ 'ਤੇ ਆਉਂਦੇ ਹਾਂ। ਗਿਲਜੀਆਂ ਸਾਹਿਬ, ਮੈਨੂੰ ਇਹ ਦੱਸੋ ਕਿ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਨੇ ਉਹ ਤੁਹਾਡੇ ਤੋਂ, ਸਿੱਧੂ ਸਾਹਿਬ ਤੋਂ ਅਤੇ ਬਾਕੀ ਜਿੰਨੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ, ਉਹ ਇਹ ਹੈ ਕਿ 4 ਮਹੀਨਿਆਂ 'ਚ ਬਹੁਤ ਕੁਛ ਨਵਾਂ ਹੋ ਜੂਗਾ, ਜਿਹੜੇ ਕੰਮ 4.5 ਸਾਲਾਂ ਤੋਂ ਨਹੀਂ ਹੋਏ ਉਹ ਹੋ ਜੂਗਾ। ਤੁਹਾਨੂੰ ਲੱਗਦਾ ਕਿ ਤੁਸੀਂ ਇਹ ਫਿਨਿਸ਼ ਕਰ ਲਓਗੇ ਸਾਰਾ ਕੁਛ? ਦੇਖੋ ਜੀ, ਪਹਿਲੀ ਗੱਲ ਕਿ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਜਿਹੜੇ ਬੈਠੇ ਦੇਸ਼ ਵਿਦੇਸ਼ ਵਿੱਚ, ਜੀ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੱਲੋਂ। ਮੈਨੂੰ ਜਿਹੜਾ ਮਾਣ ਮਿਲਿਆ ਮੈਡਮ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੀ ਵੱਲੋਂ, ਜੀ ਜੀ, ਮੈਨੂੰ ਆਪਣੇ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਜੀ। ਸਾਡੇ ਬਹੁਤ ਸਤਿਕਾਰਯੋਗ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ, 4 ਕਾਰਜਕਾਰੀ ਪ੍ਰਧਾਨ ਨਾਲ ਲਾਏ ਗਏ ਨੇ। ਅਸੀਂ ਦਿਨ ਰਾਤ ਮਿਹਨਤ ਕਰਕੇ ਆਪਣੀ ਪਾਰਟੀ ਨੂੰ ਸਫਲ ਬਣਾਉਣ ਵਿੱਚ, ਮਜ਼ਬੂਤ ਬਣਾਉਣ ਵਿੱਚ ਪੂਰੇ ਨਕਸ਼ੇ ਕਦਮਾਂ ਦੇ ਉਤਰਾਂਗੇ ਜੀ 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 ਜੀ। ਗਿਲਜੀਆਂ ਸਾਹਿਬ, ਲੋਕਾਂ ਦੀ ਨਾ ਐਕਸਪੈਕਟੇਸ਼ਨ ਹੈ, ਉਹ ਤੁਸੀਂ ਕਲੀਅਰ ਕਰੋ, ਕਿਉਂਕਿ ਕੰਮ ਤਾਂ ਸਰਕਾਰਾਂ ਦੇ ਇਖਤਿਆਰ ਹੁੰਦੇ ਆ, ਤੁਹਾਡੀ ਜ਼ਿੰਮੇਵਾਰੀ ਪਾਰਟੀ ਸੰਭਾਲਣ ਦੀ ਹੈ, ਪਾਰਟੀ ਨੂੰ ਇਕਜੁੱਟ ਕਰਨਾ ਅਤੇ ਸਰਕਾਰ 'ਤੇ ਨੂੰ ਕਹਿਣਾ ਵਾਰ ਵਾਰ ਕਿ ਆਹ ਕੰਮ ਕਰੋ, ਆਹ ਕਰੋ, ਆਹ ਰਹਿੰਦੇ, ਨਹੀਂ ਤਾਂ ਪਾਰਟੀ ਨੁਕਸਾਨ ਹੋ ਸਕਦਾ ਹੈ, ਪਰ ਲੋਕਾਂ ਨੂੰ ਇਹ ਥੋੜ੍ਹਾ ਗੱਲ ਜੀ ਜੀ ਦੇਖੋ ਵੀਰ ਜੀ, ਗੱਲ ਇੱਦਾਂ ਕਿ ਅਸੀਂ 18 ਤਰੀਕ ਨੂੰ ਬਣੇ ਸੀ, 23 ਨੂੰ ਅਸੀਂ ਦਫ਼ਤਰ ਦਾ ਚਾਰਜ ਲਿਆ ਸੀ ਜੀ। 23 ਤੋਂ ਚਾਰਜ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਪ੍ਰਧਾਨ ਜੀ ਪਲੱਸ ਅਸੀਂ 4 ਕਾਰਜਕਾਰੀ ਪ੍ਰਧਾਨ ਆਪਣੇ ਸੰਗਠਨ ਵਾਸਤੇ ਪੂਰੇ ਤਨਦੇਹੀ ਨਾਲ ਲੱਗੇ ਹਾਂ, ਅਤੇ ਨਾਲ ਨਾਲ ਜੋ ਸਰਕਾਰ ਦੀਆਂ ਵਿੱਚ ਰਹਿੰਦੇ ਕੰਮ ਆ ਉਹਨਾਂ ਵਾਸਤੇ ਵੀ ਅਸੀਂ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਅਤੇ ਉਹਨਾਂ ਨੂੰ ਦੱਸ ਕੇ ਆਏ ਸੀ ਕਿ ਇਹ ਭਾਈ ਕੰਮ ਨਾਲ ਨਾਲ ਸਰਕਾਰ ਨੂੰ ਕਰਨੇ ਪੈਣਗੇ, ਜਿੱਥੇ ਜਿੱਥੇ ਕਮੀ ਹੈ ਉਹ ਸਾਰੀਆਂ ਅਸੀਂ ਆਪਣੇ ਚੀਫ ਮਿਨਿਸਟਰ ਨੂੰ, ਮੁੱਖ ਮੰਤਰੀ ਸਾਹਿਬ ਨੂੰ ਦੱਸ ਕੇ ਆਏ ਹਾਂ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੇ ਸੀਐਮ ਸਾਹਿਬ ਜਿਹੜੇ ਪੂਰੇ ਜਿਹੜੇ ਰਹਿੰਦੇ ਕੰਮ ਉਹਨਾਂ 'ਤੇ ਪੂਰੇ ਉਤਰਨ।
जी 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 गिलजी साहब, एक क्वेश्चन मैं पूछता यह है कि इत्थे बैठे जिहड़े बाहर बैठे लोगों का यह है कि नवीं टीम आई है पंजाब कांग्रेस के, हालांकि कोई किसी नूं पुरानी टीम तो कोई शिकायत नहीं, खास करके सुनील जाखड़ तो किसी नूं कोई शिकायत नहीं, पर नवीं टीम आई है, नवीं ऊर्जा दे नाल आए हो, लोगों नूं यह कि किसान अंदोलन बहुत भखिया होया, इलैक्शन आ रहे हैं, कि तुसीं कोई कोऑर्डिनेशन कर सकोगे सेंट्रल गवर्नमेंट ना, या किसी तरह का कोई हल कढ़ण दे विच तुसीं कोई जरिया बन सकोगे? देखो जिहड़े नवे कानून बनाए आ इन्हां ने जी मोदी साहब ने, साडे देश दे प्रधानमंत्री आ, नवे तीन कानून लै के आए ने, ये बड़े मारू कानून आ जिहड़े किसानां दे विरुद्ध कानून आ जी। ਸਾਡੀ ਸਰਕਾਰ ਔਰ ਸੈਂਟਰ ਦੀ ਸਰਕਾਰ ਜੀ 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 ਗੱਲ ਹੈ ਕਿ ਪੰਜਾਬ ਖੇਤੀਬਾੜੀ ਸੂਬਾ ਹੈ, ਖੇਤੀਬਾੜੀ ਦੇਸ਼ ਦਾ 60% ਹਿੱਸਾ ਅਨਾਜ ਦੇ ਵਿੱਚ ਪਾਉਂਦਾ ਜੀ, ਅੱਜ ਵੀ ਪਾਉਂਦਾ, ਇਸ ਤੋਂ ਪਹਿਲਾਂ ਵੀ ਪਾਉਂਦਾ ਜਦੋਂ ਦੇਸ਼ ਦੇ ਵਿੱਚ ਅਨਾਜ ਨਹੀਂ ਸੀ ਹੁੰਦਾ। ਕਿਸਾਨੀ ਸੂਬੇ ਨਾਲ ਜਾਣਿਆ ਜਾਂਦਾ, ਅਸੀਂ ਕਿਸਾਨਾਂ ਦੇ ਹਿੱਤ ਲਈ ਦਿਨ ਰਾਤ ਬਿੰਦ ਕਰਕੇ ਇਹ ਜਿਹੜੀ ਕਾਲੀ ਕਾਨੂੰਨ ਹੈ ਇਹਨੂੰ ਰੱਦ ਕਰਾਂਗੇ ਜੀ 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 ਜੀ। ਨੰਬਰ ਇੱਕ ਜੀ, ਪੰਜਾਬ ਦੇ ਵਿੱਚ ਜਿੱਦਾਂ ਸੀਐਮ ਸਾਹਿਬ ਨੂੰ ਕਹਿੰਦੇ ਪਾਣੀਆਂ ਦਾ ਰਾਖਾ, ਇਸੇ ਤਰ੍ਹਾਂ ਕਿਸਾਨਾਂ ਦਾ ਵੀ ਰਾਖਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਸਾਡੇ ਸੰਗਠਨ ਦੇ ਸਾਡੇ ਪ੍ਰਧਾਨ ਜੀ, ਇਹ ਕਿਸਾਨਾਂ ਦੇ ਰਾਖੇ ਵੀ ਜ਼ਰੂਰ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ 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 ਜੀ। ਅਤੇ ਗਿਲਜੀਆ ਸਾਹਿਬ, ਇੱਕ ਨਾ ਬਹੁਤ ਵੱਡਾ ਖਦਸ਼ਾ ਹੈ ਆਪਣੇ ਲੋਕਾਂ ਦਾ, ਤੁਸੀਂ ਕਲੀਅਰ ਕਰੋ ਕਿਉਂਕਿ ਤੁਸੀਂ ਦਿਨ ਰਾਤ ਉਹਨਾਂ ਲੋਕਾਂ ਨਾਲ ਰਹਿੰਦੇ ਹੋ, ਕਿ ਜਦੋਂ ਮੰਤਰੀ ਬਣੇ ਸੀ ਸਰਦਾਰ ਨਵਜੋਤ ਸਿੰਘ ਸਿੱਧੂ, ਅਤੇ ਉਹਨਾਂ ਦਾ ਕੋਆਰਡੀਨੇਸ਼ਨ ਨਹੀਂ ਬਣ ਸਕਿਆ ਸੀ ਐਮ ਸਾਹਿਬ ਨਾਲ, ਹੁਣ ਪ੍ਰਧਾਨ ਬਣ ਕੇ ਤਾਂ ਜ਼ਿਆਦਾ ਕੋਆਰਡੀਨੇਸ਼ਨ, ਜ਼ਿਆਦਾ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇੱਕ ਸੂਬਾ ਪ੍ਰਧਾਨ ਹੁੰਦਾ, ਇੱਕ ਸੂਬੇ ਦਾ ਮੁੱਖ ਮੰਤਰੀ ਹੁੰਦਾ, ਕੀ ਇਹ ਗੱਡੀ ਰਿੜ ਜਾਊਗੀ? ਤੁਹਾਨੂੰ ਲੱਗਦਾ ਕੰਮ ਹੋ ਜਾਊਗਾ, ਇਕੱਠੇ ਚੱਲਣਗੇ? ਬਿਲਕੁਲ ਰਿੜਾਂਗੇ ਜੀ, ਬਿਲਕੁਲ ਰਿੜਾਂਗੇ, ਸਾਡੇ ਮੁੱਖ ਮੰਤਰੀ ਬਹੁਤ ਸਿਆਣੇ ਆ ਜੀ, ਜਵਾਨ ਆ, 22-23 ਸਾਲ ਤੋਂ ਬੜੀ ਉੱਪਰਲੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ, ਮੁੱਖ ਮੰਤਰੀ ਰਹੇ ਆ, ਨੈਸ਼ਨਲ ਲੈਵਲ ਤੇ ਉਹਦਾ ਨਾਂ ਹੈ, ਇੱਦਾਂ ਦੀ ਗੱਲ ਨਹੀਂ, ਉਹ ਬਹੁਤ ਸੂਝਵਾਨ ਨੇ ਮੁੱਖ ਮੰਤਰੀ, ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੇ ਉਹ ਕੰਮ ਰਹਿੰਦੇ ਆ ਜੀ ਜੀ, ਅਸੀਂ ਉੱਥੇ ਪੂਰੇ ਖਰੇ ਖਰੇ ਉਤਰਾਂਗੇ ਜੀ 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 ਜੀ। ਗਿਲਜੀਆ ਸਾਹਿਬ, ਇੱਕ ਲੋਕ ਵੀ ਇੱਕ ਕੁਐਸਚਨ ਇਹ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ BSP ਨਾਲ ਗੱਠਜੋੜ ਹੋਇਆ, ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿੱਥੇ ਕਿਤੇ ਗੱਡੀ ਜਾਂਦੀ ਲੱਗਦੀ? ਦੇਖੋ ਗੱਲ ਇਹ ਕਿ ਮੇਰਾ ਵੀਰ, ਗੱਲ ਇਹ ਕਿ 10 ਸਾਲ BJP ਦੀ ਤੇ ਅਕਾਲੀ ਦਲ ਦੀ ਸਰਕਾਰ ਰਹੀ ਹੈ, 2007 ਤੋਂ ਲੈ ਕੇ 2017 ਤੱਕ ਜੀ ਜੀ, 10 ਸਾਲ ਲਗਾਤਾਰ ਹਾਂਜੀ, 10 ਸਾਲ ਦੇ ਵਿੱਚ ਜੋ ਲੋਕ ਜੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਹ 2-6 ਲੋਕ ਮਾਰੇ ਗਏ, ਇਹਨਾਂ ਦੀ ਸਰਕਾਰ ਸੀ 2015 ਦੇ ਵਿੱਚ ਜੀ, ਇਨਸਾਫ਼ ਨਹੀਂ ਦਵਾ ਸਕੇ ਕੋਈ, ਇਹਨਾਂ ਨੇ ਪਰਚਾ ਦਰਜ ਨਹੀਂ ਕੀਤਾ, ਕਿਉਂਕਿ ਜਸਟਿਸ ਇਹਨਾਂ ਨੇ ਬਣਾਇਆ ਸੀ, ਉਦੋਂ ਕਿਹੜਾ ਸੀ ਜਸਟਿਸ, ਮੇਰੇ ਖਿਆਲ ਮਹਤਾਬ ਸਿੰਘ, ਨਹੀਂ ਜੀ ਪਹਿਲਾਂ ਜਸਟਿਸ ਰਣਜੀਤ ਸਿੰਘ ਸੀਗੇ ਜੀ, ਉਦੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਅਸੀਂ ਬਣਾਇਆ ਸੀ ਹਾਂਜੀ, ਜੋਰਾ ਸਿੰਘ, ਰਣਜੀਤ ਸਿੰਘ ਅਸੀਂ ਬਣਾਇਆ ਸੀ, ਜੋਰਾ ਸਿੰਘ ਹਾਂਜੀ, ਗੱਲ ਕਿ ਕੁਛ ਨਹੀਂ ਕੀਤਾ ਇਹਨਾਂ ਨੇ, ਅਸੀਂ ਬਣਾਇਆ ਜਸਟਿਸ ਰਣਜੀਤ ਸਿੰਘ, ਸਾਡੇ ਕੋਲ ਵੀ ਕੁਛ ਕਮੀਆਂ ਰਹਿ ਗਈਆਂ, ਅਸੀਂ ਸਿੱਟ ਬਣਾਤੀ ਜਸਟਿਸ ਰਣਜੀਤ ਸਿੰਘ ਦੇ ਬਾਅਦ, ਸਾਡੇ ਕੋਲ ਵੀ ਕੁਛ ਕਮੀਆਂ ਰਹਿ ਗਈਆਂ ਜੀ, ਉਹ ਕਮੀਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ, ਕਿ ਉਹਦੇ ਵਿੱਚ ਜਿਹੜੇ ਮਰੇ ਆ ਬੇਦੋਸ਼ ਸਾਡੇ ਬੱਚੇ ਜੋ ਪਾਠ ਪੂਜਾ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ, ਉਹਨਾਂ ਨੂੰ ਵੀ ਇਨਸਾਫ਼ ਮਿਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵੀ ਇਨਸਾਫ਼ ਮਿਲੇ, ਇਹ ਸਾਡਾ ਜ਼ਰੂਰ ਇੱਕ ਦਿਨ ਜ਼ਰੂਰ ਇੱਦਾਂ ਦਾ ਸਮਾਂ ਆਏਗਾ, ਅਸੀਂ ਕਰਕੇ ਦਿਆਂਗੇ ਜੀ ਜੀ ਜੀ। ਗਿਲਜੀਆ ਸਾਹਿਬ, ਮੈਨੂੰ ਪਤਾ ਤੁਹਾਡੇ ਕੋਲ ਟਾਈਮ ਥੋੜ੍ਹਾ, ਆਪਣੇ 2-3 ਕੁਐਸਚਨ ਹੋਰ ਨੇ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਗਿਣਤੀ 'ਚ ਨਹੀਂ, ਸਾਡਾ ਐਤਕੀ ਜਿਹੜੀ ਸਾਡਾ ਜਿਹੜਾ ਮੁਕਾਬਲਾ ਹੋਣਾ ਹੈ ਗਿਲਜੀਆ ਸਾਹਿਬ, ਉਹ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ ਹੋਣਾ, ਤੁਸੀਂ ਉਹਨਾਂ ਨੂੰ ਜਿਹੜੀ ਹੈ ਚੁਣੌਤੀ ਇਹ ਸਵੀਕਾਰ ਕਰਦੇ ਹੋ? ਲੱਗਦੇ ਕਿ ਇੰਨੇ ਸਟਰੋਂਗ ਹੋ ਕੇ ਪੰਜਾਬ 'ਚ ਉਤਰ ਰਹੇ ਹੋ? ਦੇਖੋ ਗੱਲ ਇੱਦਾਂ, 2017 ਦੇ ਵਿੱਚ ਵੀ ਇਹ ਹੋਇਆ ਸੀ ਜੀ, ਤੁਸੀਂ ਆਪ ਦੇਖਿਆ, ਅੱਖੀ ਠੱਠਾ ਮੇਲਾ ਵੇਖਿਆ ਜੀ ਜੀ ਜੀ। ਮੇਰੇ ਵੀਰੋ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਤੂੜੀ ਗਿੱਲੀ ਸੀ, ਮੱਝ ਭੁੱਖੀ ਸੀ। ਅੱਛਾ ਜੀ, ਸਮਝ ਗਿਆ ਮੈਂ, ਤੂੜੀ ਗਿੱਲੀ ਸੀ, ਮੱਝ ਭੁੱਖੀ ਸੀ, ਸਾਰੇ ਮੇਰੀ ਗੱਲ ਸ਼ਾਰਾ ਸਮਝ ਗਏ ਮੇਰਾ? ਹਾਂਜੀ, ਮੈਂ 1 ਮਿੰਟ ਹੋਲਡ ਕਰੋ, ਮੈਂ ਸਾਰੇ ਨੂੰ ਸਮਝਾ ਦਾਂ, ਇੱਕ ਮਿੰਟ, ਇੱਕ ਕਾਲਰ ਜੁੜ ਗਿਆ ਗਿਲਜੀਆ ਸਾਹਿਬ, ਤੇ ਇੱਕ ਮੈਂ ਸਮਝਾ, ਤੂੜੀ ਗਿੱਲੀ ਸੀ, ਮੱਝ ਭੁੱਖੀ ਸੀ, 1 ਮਿੰਟ ਹੋਲਡ ਕਰਿਓ ਜੀ। ਹਾਂਜੀ ਜੀ, ਅਟਵਾਲ ਸਾਹਿਬ, ਤੁਸੀਂ ਓਨ ਏਅਰ ਹੋ, ਕੀ ਕਹਿਣਾ ਚਾਹੋਗੇ ਗਿਲਜੀਆ ਸਾਹਿਬ ਆਪਣੇ ਜੁੜੇ ਹੋਏ ਆ? ਹਾਂਜੀ, ਸਤਿ ਸ਼੍ਰੀ ਅਕਾਲ ਗੁਲਾਲ ਭਾਜੀ, ਥੈਂਕ ਯੂ, ਤੇ ਗਿਲਜੀਆ ਸਾਹਿਬ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦਾ। ਤੇ ਮੇਰਾ ਸਵਾਲ ਜੀ, ਤਕਨੀਕੀ ਸਿੱਖਿਆ
ਤੇ ਜੌਬ ਓਪਰਚੁਨਿਟੀਜ਼ ਦੇ ਅਰਾਊਂਡ ਸੀਗਾ ਜੀ। ਜਿਸ ਹਿਸਾਬ ਨਾਲ ਹੁਣ ਆਪਾਂ ਗਲੋਬਲ ਵਿਲੇਜ ਬਣ ਚੁੱਕਾ ਹੈ ਜੀ, ਇੰਟਰਨੈਟ ਇੰਨਾ ਸਟਰੋਂਗ ਹੋ ਗਿਆ, ਦੁਨੀਆਂ ਦੇ ਵਿੱਚ ਕੋਈ ਵੀ ਕਿਤੇ ਵੀ ਬੈਠਾ ਕੰਮ ਕਰ ਸਕਦਾ ਜੀ। ਸੋ ਪੰਜਾਬ ਦੇ ਵਿੱਚ ਤਕਨੀਕੀ ਸਿੱਖਿਆ ਵਾਸਤੇ 100 ਤੋਂ ਵੱਧ ਇੰਜੀਨੀਅਰਿੰਗ ਕਾਲਜ ਜਾਂ ਡਿਪਲੋਮਾ ਇੰਸਟੀਚਿਊਟ ਨੇ, ਪਰ ਇਸ ਵੇਲੇ ਬੱਚੇ ਉੱਥੇ ਹੈ ਸੀਗੇ ਜਿਹੜੇ ਪੜ੍ਹਨ ਵਾਲੇ ਆ, ਉਹ ਬਾਹਰਲੇ ਮੁਲਕਾਂ ਜਾ ਰਹੇ ਆ ਜੀ। ਤੇ ਦੂਸਰੀ ਚੀਜ਼ ਆ, ਉਹਨਾਂ ਨੂੰ ਰੋਕਣ ਵਾਸਤੇ ਜੌਬ ਓਪਰਚੁਨਿਟੀਜ਼, ਜਿੱਦਾਂ ਆਪਣੇ ਕੋਲ ਆਪਣੇ ITI ਪਾਰਕ ਆ ਜੀ, ਉੱਦਾਂ ਦੀਆਂ ਚੀਜ਼ਾਂ ਨੂੰ ਬੜਾਵਾ ਕਿਸ ਹਿਸਾਬ ਨਾਲ ਦਿੱਤਾ ਜਾਵੇ ਕਿ ਆਪਣੀ ਵਰਕ ਫੋਰਸ ਇੱਥੇ ਰਹੇ, ਉਹਨਾਂ ਨੂੰ ਓਪਰਚੁਨਿਟੀਜ਼ ਮਿਲਣ ਤੇ ਪੰਜਾਬ ਦੇ ਵਿੱਚ ਹੀ ਉਹ ਯੋਗਦਾਨ ਪਾ ਸਕਣ। ਧੰਨਵਾਦ ਜੀ ਟਵਾਲ ਸਾਹਿਬ, ਧੰਨਵਾਦ ਧੰਨਵਾਦ ਜੀ ਜੀ। ਗਿਲਜੀਆਂ ਸਾਹਿਬ, ਇਹ ਸਾਡੇ ਇੱਥੋਂ ਦੇ ਕਾਲਰ ਜਿਹੜੇ ਆ ਉਹ ਗੁਰਤੇਜ ਅਟਵਾਲ ਆ, ਇੱਥੋਂ ਸਿਟੀ ਆਫ ਟਰੇਸੀ ਦੇ ਜਿਹੜੇ ਆ ਪਲਾਨਿੰਗ ਕਮਿਸ਼ਨਰ ਨੇ, ਅਤੇ ਉਹਨਾਂ ਨੇ ਇੱਕ ਕੁਐਸਚਨ ਪੁੱਛਿਆ ਵੀ ਜਿਹੜਾ ਤੁਸੀਂ ਕਿਹਾ ਸੀ ਨਾ ਮੱਝ ਭੁੱਕੀ ਸੀ ਤੂੜੀ ਗਿੱਲੀ ਸੀ, ਉਹ ਲੋਕਾਂ ਨੇ ਕਾਫੀ ਲਾਈਕ ਵੀ ਕੀਤਾ, ਇੱਥੇ ਕਮੈਂਟਸ ਵੀ ਆਏ, ਪਰ ਉਹ ਪੁੱਛ ਰਹੇ ਕਿ ਜਿਹੜਾ ਟੈਕਨੀਕੀ ਜਿਹੜੀ ਐਜੂਕੇਸ਼ਨ ਦੇ ਹੱਬ ਕਦੋਂ ਤੱਕ ਪੰਜਾਬ 'ਚ ਤੁਸੀਂ ਬਣਾ ਦਿਓਗੇ ਜੇ ਦੁਬਾਰਾ ਫੋਰਮ ਕੀਤੀ ਗੌਰਮੈਂਟ ਤਾਂ, ਕਿਉਂਕਿ ਬੱਚੇ ਬਹੁਤ ਬਾਹਰ ਜਾ ਰਹੇ ਆ। ਦੇਖੋ ਜੀ, ਸਾਡੀ ਜਿਹੜੀ ਸੋਚ ਹੈ ਜੀ, ਜਿਹੜੀ ਸੋਚ ਮੈਡਮ ਸੋਨੀਆ ਗਾਂਧੀ, ਰਾਹੁਲ ਗਾਂਧੀ ਜੀ, ਪ੍ਰਿੰਕਾ ਗਾਂਧੀ ਨੇ ਸਾਨੂੰ ਵਿਸ਼ਵਾਸ ਕਰਕੇ ਬਣਾਇਆ ਜੀ ਜੀ ਜੀ, ਸਾਡੇ ਤੇ ਬਹੁਤ ਵੱਡਾ ਭਰੋਸਾ ਕੀਤਾ ਅਸੀਂ ਪੰਜਾਬ ਦੇ ਬੱਚਿਆਂ ਦੀ ਜੀ, ਪੰਜਾਬ ਔਰ ਪੰਜਾਬ ਦੇ ਬੱਚਿਆਂ ਦੀ ਔਰ ਮਾਫੀਏ ਦੀ ਜੀ, ਜੋ ਰੇਤ ਮਾਫੀਆ ਹੈ, ਡਰੱਗ ਮਾਫੀਆ ਹੈ, ਅਸੀਂ ਇਹ ਸਾਫ਼ ਕਰ ਦੇਵਾਂਗੇ ਬਿਲਕੁਲ, ਇਹ ਤੁਹਾਡਾ ਸਾਡਾ ਧਰਮ ਹੋ ਗਿਆ, ਸਾਫ਼ ਕਰਾਂਗੇ ਬਿਲਕੁਲ ਜੀ 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 ਜੀ, ਅਸੀਂ ਸਾਫ਼ ਕਲੀਅਰ ਕਰ ਦੇਵਾਂਗੇ, ਤੁਹਾਨੂੰ ਨਜ਼ਰ ਆਏਗਾ, ਤੁਸੀਂ ਆਪ ਕਹੋਗੇ ਕਿ ਵਾਕਈ ਨਜ਼ਰ ਆਇਆ ਕੁਛ। ਠੀਕ ਹੈ ਗਿਲਜੀਆਂ ਸਾਹਿਬ, ਆਪਣਾ ਕਾਲਰ ਜੁੜ ਗਿਆ, ਆਪਾਂ ਸਿਰਫ ਇੱਕ ਮਿੰਟ ਲਈ ਰੁਕਦੇ, ਇੱਕ ਮਿੰਟ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਸੰਗਤ ਸਿੰਘ ਗਿੱਲ ਜੀ, ਆਪਣੇ ਨਾਲ ਕਾਲਰ ਵੀ ਜੁੜੇ ਹੋਏ, ਪਰ ਸਾਨੂੰ ਰੁਕਣਾ ਪਿਆ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਦਾ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਜੁੜੇ ਹੋਏ ਨੇ ਹਲਕਾ ਉੜਮੁੜ ਟਾਂਡਾ ਦੇ MLA ਐਂਡ ਵਰਕਿੰਗ ਪ੍ਰੈਜ਼ੀਡੈਂਟ ਸੰਗਤ ਸਿੰਘ ਗਿੱਲ ਜੀ। ਗਿੱਲ ਜੀ ਸਾਹਿਬ, ਬਹੁਤ ਕਮੈਂਟ ਆਏ, ਤੂੜੀ ਗਿੱਲੀ ਸੀ ਅਤੇ ਮੱਝ ਭੁੱਖੀ ਸੀ, ਉੱਥੋਂ ਸ਼ੁਰੂ ਕਰੋ ਜੀ, ਲੋਕ ਸੁਣਨਾ ਚਾਹੁੰਦੇ ਨੇ ਤੁਹਾਨੂੰ। ਹਾਂਜੀ, ਉੱਥੋਂ ਸ਼ੁਰੂ ਕਰੋ ਜਿੱਥੋਂ ਤੁਸੀਂ ਕਿਹਾ ਸੀਗਾ ਕਿ ਤੂੜੀ ਗਿੱਲੀ ਸੀ ਅਤੇ ਮੱਝ ਭੁੱਖੀ ਸੀ। ਹਾਂਜੀ ਹਾਂਜੀ, ਮੈਂ ਆਪਣੇ ਸਾਰੇ ਦਰਸ਼ਕਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਜੀ, ਜੀ ਤੂੜੀ ਗਿੱਲੀ ਸੀ ਮੱਝ ਭੁੱਖੀ ਸੀ ਜੀ, ਜਦੋਂ ਕੇਜਰੀਵਾਲ ਸਾਹਿਬ ਆਏ ਪਹਿਲੀ ਵਾਰ ਜੀ, ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨਾਲ ਜੀ ਜੀ, ਕਿ ਮੈਨੂੰ ਮੌਕਾ ਦਿਓ, ਮੈਂ ਨਵਾਂ ਆਇਆ, ਹਜੇ ਝਾੜੂ ਪਾਰਟੀ ਬਣਾ ਲਈ ਆਮ ਆਦਮੀ ਪਾਰਟੀ ਜੀ ਜੀ, ਇਹਨਾਂ ਨੇ ਆਉਂਦਿਆਂ ਸਹੀ ਆਉਂਦੇ ਹੀ 4-4 ਲੱਖ ਰੁਪਈਆ ਤਨਖਾਹਾਂ ਕਰਨੀਆਂ ਜੀ, ਜਿਹੜੀ 35-40 ਹਜ਼ਾਰ ਰੁਪਇਆ ਤਨਖਾਹ ਹੁੰਦੀ ਸੀ MLA ਦੀ ਜੀ, ਤੇ 4-4 ਲੱਖ ਰੁਪਇਆ ਤਨਖਾਹਾਂ ਕਰਨੀਆਂ ਜੀ। ਇਹਨੇ ਕਿਹਾ ਨਾ ਮੈਂ ਕਾਰ ਲਾਂਗਾ, ਨਾ ਮੈਂ ਕੋਠੀ ਲਾਂਗਾ, ਨਾ ਮੈਂ ਬੰਗਲਾ ਲਾਂਗਾ। ਅੱਛਾ ਜੀ, ਇਹ ਵੇਖੋ ਆ ਕੇ ਵੇਖੋ, ਬੰਗਲੇ ਵੀ ਲੈ ਲੈ, ਕੋਠੀਆਂ ਵੀ ਲੈ ਲਈਆਂ ਤੇ ਕਾਰਾਂ ਵੀ ਲੈ ਲਈਆਂ। ਅੱਛਾ ਜੀ, ਹਾਂਜੀ ਜੀ, ਮੈਂ ਇਹ ਕਹਿ ਰਿਹਾ ਕਿ ਗੱਲਾਂ ਨਾਲ ਹਿੰਦੁਸਤਾਨ ਨਹੀਂ ਬਦਲਿਆ ਜਾ ਸਕਦਾ, ਕੰਮ ਕਰਕੇ ਹਿੰਦੁਸਤਾਨ ਬਦਲਿਆ ਜਾਏਗਾ, ਕੰਮ ਕਰਕੇ। ਤੁਸੀਂ ਇਹ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਦੋਂ ਇੱਥੇ ਆਇਆ ਸੀ, ਇਹ ਵੀ ਕਿਹਾ ਦਿੱਲੀ 'ਚ ਕਿਹਾ ਸੀਗਾ ਮੈਂ ਤਨਖਾਹ ਨਹੀਂ ਲਊਂਗਾ, ਕੋਠੀ ਨਹੀਂ ਲਊਂਗਾ, ਬੰਗਲਾ ਨਹੀਂ ਲਊਂਗਾ, ਜਿਹੜਾ 35-40 ਹਜ਼ਾਰ ਰੁਪਇਆ MLA ਲੈਂਦਾ ਮਹੀਨੇ ਦਾ, ਉਹ 4-4 ਲੱਖ ਰੁਪਇਆ ਕਰ ਲਿਆ, ਇਹ ਤੁਸੀਂ ਕਹਿਣਾ ਚਾਹ ਰਹੇ ਹੋ। ਹਾਂਜੀ ਜੀ ਜੀ, ਗਿਲਜੀਆਂ ਸਾਹਿਬ, ਇਹ ਹੁਣ ਜਿੱਦਾਂ ਕਹਿ ਰਹੇ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਰਕਾਰ ਸਾਡੀ ਹੋਊਗੀ, ਪਰ 117 ਸੀਟਾਂ 'ਤੇ ਬੰਦੇ ਲੱਭ ਜਾਣਗੇ, 117 ਬੰਦੇ 'ਤੇ ਇੰਨਾ ਗੱਠਜੋੜ ਤਕੜਾ ਬਣਾ ਲੈਣਗੇ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ? ਦੇਖੋ ਜੀ, ਗੱਲ ਇਹ ਕਿ ਇਹ ਸਾਰਾ ਸਮਾਂ ਆਉਣ ਦਾ ਤੁਹਾਨੂੰ ਪਤਾ ਲੱਗ ਜਾਏਗਾ ਜੀ, ਸਾਰਾ ਜੀ ਜੀ ਆਉਣਾ ਸਾਰਾ ਪਤਾ ਤੁਹਾਨੂੰ ਸਾਰਾ ਪਤਾ ਸਾਫ਼ ਹੋ ਜਾਏਗਾ ਕੰਮ ਜੀ ਜੀ। ਤੇ ਤੁਸੀਂ ਗਿਲਜੀਆਂ ਸਾਹਿਬ, ਕਾਂਗਰਸ ਨੂੰ ਕਿੱਥੇ ਦੇਖ ਰਹੇ ਹੋ ਇਸ ਟਾਈਮ 2022 ਨੂੰ ਲੈ ਕੇ, ਕਾਂਗਰਸ ਪਾਰਟੀ ਨੂੰ? 2022 'ਚ ਅਸੀਂ ਰੱਬ ਦੀ ਦਇਆ ਨਾਲ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦੇ ਹਾਂ, ਇਹੋ ਸਾਡਾ ਮਿਸ਼ਨ ਹੈ ਕਿ 2022 ਦੇ ਵਿੱਚ ਸਰਕਾਰ ਬਣਾਈਏ, ਅਸੀਂ ਪੰਜਾਬ ਨੂੰ ਜਿਹੜਾ ਕਿ ਇਸ ਟਾਈਮ ਡਾਵਾਂ ਡੋਲ ਦੀ ਸਥਿਤੀ 'ਚ ਬੈਠਾ, ਇਹਨੂੰ ਇਹਦਾ ਕਰਜ਼ਾ ਵੀ ਲਾਈਏ ਅਤੇ ਇਹਨੂੰ ਸਟੈਂਡ ਵੀ ਕਰੀਏ ਜੀ, ਖੇਤੀਬਾੜੀ ਨੂੰ ਵੀ ਆਪਾਂ ਚੰਗੇ ਦਾਇਰੇ 'ਤੇ ਲਿਆ ਕੇ ਖੜਿਆ ਕਰੀਏ, ਇਹ ਸਾਡਾ ਮਿਸ਼ਨ ਹੈ ਜੀ। ਗਿਲਜੀਆਂ ਸਾਹਿਬ, ਜਿਹੜੀ ਤੀਜੀ ਵੇਵ ਆ ਰਹੀ ਹੈ, ਕੀ ਪੰਜਾਬ ਸਰਕਾਰ ਉਹਦੇ ਲਈ ਤਿਆਰ ਹੈ, ਕਿ ਲੋਕਾਂ ਨੂੰ ਕਿੱਦਾਂ ਬਚਾਇਆ ਜਾ ਸਕੇ ਪੰਜਾਬ ਦੇ ਲੋਕਾਂ ਨੂੰ ਉਸ ਦੇ ਵਿੱਚੋਂ? ਅਰਦਾਸਾਂ ਹੀ ਨੇ ਜੀ, ਕੁਦਰਤ ਦੇ ਅੱਗੇ ਅਰਦਾਸਾਂ ਕਰਨੀਆਂ ਪੈਣਗੀਆਂ, ਕਰਨ ਵਾਲਾ ਅਕਾਲ ਪੁਰਖ ਹੈ ਜੀ, ਗੱਲ ਸਮਝੇ ਮੇਰੀ, ਕਿੰਨੀ ਵਰਲਡ ਦੇ ਵਿੱਚ ਕਿੰਨੇ ਲੋਕ ਮਰੇ ਆ ਜੀ ਜੀ ਜੀ, ਕਿੱਡੀ ਮਹਾਮਾਰੀ ਹੋਈ ਹੈ, ਇਹਦੇ ਕੋਲ ਕੁਦਰਤ ਦੇ ਹੱਥ ਹੈ ਜੀ, ਬਾਕੀ ਸਰਕਾਰਾਂ ਜ਼ੋਰ ਲਾਉਣਗੀਆਂ ਜੀ,
ਅੱਗੇ ਵੀ ਸਾਡੇ ਸੀ ਐਮ ਸਾਹਿਬ ਨੇ ਸਭ ਤੋਂ ਪਹਿਲਾਂ ਸਟਾਰਟਿੰਗ ਨੂੰ ਕੰਟਰੋਲ ਕੀਤਾ ਸੀ ਜੀ, ਹੁਣ ਵੀ ਅਸੀਂ ਕਰਾਂਗੇ ਕਰਾਂਗੇ ਜੀ ਜੀ। ਅਤੇ ਗਿਲਜੀਆਂ ਸਾਹਿਬ, ਲੋਕਾਂ ਦੇ ਬਹੁਤ ਖਦਸ਼ੇ ਵਲਵਲੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ 2022 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਸਾਹਿਬ ਹੀ ਹੋਣਗੇ ਜਾਂ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਹੋਵੇਗਾ ਜੀ? ਮੈਡਮ ਸੋਨੀਆ ਗਾਂਧੀ ਦਾ ਫੈਸਲਾ ਜੀ, ਮੈਂ ਨਹੀਂ ਕਰ ਸਕਦਾ ਜੀ ਜੀ ਜੀ। ਅਤੇ ਮੈਡਮ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਦਾ ਫੈਸਲਾ ਹੋਣਾ ਜੀ, ਅਤੇ ਉਹਦੇ ਪਤਾ ਲੱਗੇਗਾ ਕੀ ਕਰਦੇ ਜੀ ਜੀ ਜੀ। ਅਤੇ ਗਿਲਜੀਆਂ ਸਾਹਿਬ, ਅਗੇਨ ਜਿਹੜੇ ਹਾੜ ਆਪਣਾ ਸੰਗਰੂਰ ਦਾ ਏਰੀਆ ਇਸ ਟਾਈਮ ਕਾਫੀ ਹੜ ਦੀ ਮਾਰ ਦੇ ਥੱਲੇ ਹੈ, ਕੀ ਸਰਕਾਰ ਇਨਫ ਜਿਹੜੇ ਸਾਧਨ ਪਹੁੰਚਾ ਰਹੀ ਹੈ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ? ਹਾਂਜੀ ਹਾਂਜੀ ਹਾਂਜੀ, ਲੱਗੀ ਸਰਕਾਰ ਲੱਗੀ ਜੀ, ਪੂਰਾ ਪੂਰੇ ਜੋ ਚੋਣਾਂ ਲੱਗਿਆ। ਤੁਸੀਂ ਦੇਖੋ ਚਾਈਨਾ ਦੇ ਵਿੱਚ ਕਿੱਦਾਂ ਆਇਆ, ਪਾਕਿਸਤਾਨ ਦੇ ਵਿੱਚ ਕਿੱਦਾਂ ਫਲੱਡ ਆਏ ਜੀ ਜੀ ਜੀ, ਬੜੀ ਤਬਾਹੀ ਹੋਈ ਹੈ। ਬਾਕੀ ਵਾਹਿਗੁਰੂ ਨੇ ਦੱਸ ਰਹੇ ਨੇ ਜੀ, ਜਿਹੜੀਆਂ ਤਬਾਹੀਆਂ ਹੁੰਦੀਆਂ ਮੇਰੇ ਮਨੁੱਖਤਾ ਦੀ ਜਿਹੜੀ ਘੜੀ ਬੜੀ ਔਖੀ ਜਿਹੀ ਲੰਘ ਰਹੀ ਹੈ, ਫਸਲਾਂ ਖਰਾਬ ਹੋ ਰਹੀਆਂ ਨੇ, ਹਾਂਜੀ ਵਾਤਾਵਰਨ ਖਰਾਬ ਹੋ ਗਿਆ ਸਾਰਾ ਜੀ ਜੀ, ਜਿਹੜੇ ਕੁਦਰਤ ਦੇ ਹੱਥ ਜੀ ਜੀ ਜੀ, ਜਿਹੜਾ ਵਾਤਾਵਰਨ ਕੁਦਰਤ ਦੇ ਹੱਥ। ਅਤੇ ਗਿਲਜੀਆਂ ਸਾਹਿਬ, ਮੇਰਾ ਦੋ ਹੀ ਕੁਸ਼ਚਨ ਹੈਗੇ। ਇੱਕ ਮੇਰਾ ਇਹ ਕੁਸ਼ਚਨ ਇਹ ਹੈ ਕਿ ਕਿਸਾਨ ਅੰਦੋਲਨ ਕਾਫੀ ਪੱਖਿਆ ਆ, ਸਲੋ ਹੋ ਜਾਂਦਾ ਫਿਰ ਤੇਜ਼ ਹੋ ਜਾਂਦਾ, ਹੁਣ ਮਾਨਸੂਨ ਸੱਤਰ ਵੀ ਚੱਲ ਰਿਹਾ ਹੈ, ਕੀ ਜੇ ਨਾ ਇਹ ਕਿਸੇ ਬੰਨੇ ਦਨ ਪੱਤਣ ਲੱਗਿਆ, ਇਹ ਗੱਲ ਨਾ ਹੋਈ ਤਾਂ ਕੀ ਇਹ ਪੰਜਾਬ ਦੇ ਇਲੈਕਸ਼ਨਾਂ 'ਤੇ ਵੀ ਇਹ ਕੋਈ ਅਸਰ ਛੱਡੂਗਾ ਇਹ ਜਿਹੜਾ ਕਿਸਾਨ ਅੰਦੋਲਨ ਹੈ ਜੀ? ਦੇਖੋ ਗੱਲ ਇੱਦਾਂ ਹੈ ਕਿ ਅਸੀਂ ਬਹੁਤ ਜਲਦੀ ਫੈਸਲਾ ਕਰ ਰਹੇ ਹਾਂ, ਕਾਨੂੰਨ ਜਿਹੜਾ ਹੈ ਨਾ ਜਿਹੜਾ ਇੱਦਾਂ ਬਣਾਇਆ, ਅਸੀਂ ਪੰਜਾਬ 'ਚ ਲਾਗੂ ਨਹੀਂ ਹੋਣ ਦੇਵਾਂਗੇ ਕਿਸੇ ਕੀਮਤ 'ਤੇ ਵੀ, ਭਾਵੇਂ ਸਾਨੂੰ ਵਿਧਾਨ ਸਭਾ 'ਚ ਇਹ ਕਾਨੂੰਨ ਪਾਸ ਕਰਨਾ ਪਏ ਜੀ ਜੀ, ਅਤੇ ਕੀਮਤ 'ਤੇ ਵੀ ਇਹ ਲਾਗੂ ਹੋਣ ਦਿਆਂ। ਪਰ ਹੁਣ ਇਹ ਜਿਹੜਾ ਲਾਸਟ ਦੇ ਵਿੱਚ ਇਹ ਪੁੱਛਣਾ ਚਾਹੂੰਗਾ ਗਿਲਜੀਆਂ ਸਾਹਿਬ ਕਿ ਹੁਣ ਕਿੱਥੇ ਦੇਖ ਰਹੇ ਹੋ ਤੁਸੀਂ, ਕਿੱਥੋਂ ਤਾਈਂ ਕੋਈ ਰਾਜੀਨਾਮਾ ਹੋਣ ਦੀ, ਕੋਈ ਗੱਲਬਾਤ ਹੋਣ ਦੀ ਸੰਭਾਵਨਾ ਲੱਗ ਰਹੀ ਤੁਹਾਨੂੰ? ਚਲੋ ਦੇਖੋ ਜੀ, ਦੇਸ਼ ਦਾ ਪ੍ਰਧਾਨ ਮੰਤਰੀ ਇਹ ਬੜਾ ਕੁਝ ਕੀਤਾ ਦੇਸ਼ ਲਈ, ਬੜੀਆਂ ਲੋਕਾਂ ਨੂੰ ਇੱਥੇ ਆਸਾਂ ਸਨ, ਅਤੇ ਨੋਟਬੰਦੀ ਕਰ ਦਿੱਤੀ, ਹਾਂਜੀ ਜੀ ਐਸ ਟੀ ਵਧਾ ਦਿੱਤਾ, ਹਾਂਜੀ 15-15 ਲੱਖ ਦੀ ਗੱਲ ਕੀਤੀ, ਠੱਗੀਆਂ ਠੋਰੀਆਂ ਮਾਰ ਕੇ ਕੰਮ ਕਰ ਗਿਆ। ਦੇਖੋ ਹੁਣ ਕੀ ਹੁੰਦਾ ਜੀ, ਦੇਖੋ ਕਿਸਾਨ 8 ਮਹੀਨੇ ਵਗੈਰੇ ਦਿੱਲੀ ਦੇ ਬਰੂਹਾਂ 'ਤੇ ਬੈਠੇ ਆ ਜੀ ਜੀ ਜੀ। ਦੇਖੋ ਸੱਚੇ ਪਾਤਸ਼ਾਹ ਇਹਦੇ ਜਾਂ ਸੱਚੇ ਪਾਤਸ਼ਾਹ ਕਿਹਦੇ ਨੂੰ ਸਫਲ ਮਿਲਦਾ, ਹੋਣਗੇ ਕਿਸਾਨ ਸਫਲ ਹੋਣਗੇ, ਕਿਸਾਨੀ ਸਫਲ। ਠੀਕ ਹੈ ਜੀ, ਪੈਟਰੋਲ ਡੀਜ਼ਲ ਦੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵੇਖ ਲਓ, ਇੰਟਰਨੈਸ਼ਨਲ ਕੀਮਤਾਂ ਵੇਖ ਲਓ, ਅਤੇ ਇੱਥੇ ਦੇਸ਼ 'ਚ ਕੀ ਹੋ ਰਿਹਾ, ਇਹ ਸਾਰਾ ਕੁਝ ਮੋਦੀ ਨੇ ਬਾਰੀ ਡਾਲੀ ਨੂੰ ਦੇ ਦਿੱਤਾ ਭਾਈ, ਇਹ ਪਤਾ ਨਹੀਂ ਕਿਹੜਾ ਸੌਦਾ ਕਰਕੇ ਆਇਆ ਇਹਨਾਂ ਦਾ ਜੀ। ਚਲੋ ਗਿਲਜੀਆਂ ਸਾਹਿਬ, ਅਖੀਰਲਾ ਇੱਕ ਮਿੰਟ ਜੇ ਤੁਸੀਂ ਕੁਛ ਕਹਿਣਾ ਚਾਹੋ ਸਾਡੇ ਐਨ ਆਰ ਆਈ ਭਰਾਵਾਂ ਨੂੰ। ਬਸ ਐਨ ਆਰ ਆਈ ਵੀਰਾਂ ਨੂੰ ਇਹੋ ਬੇਨਤੀ ਕਰਦਾ ਕਿ ਭਾਈ ਸੋਚ ਸਮਝ ਕੇ, ਅੱਗੇ ਪਿਛਲੀ ਵਾਰੀ ਇਹ ਗੱਲ ਨਾ ਬਣੇ, ਅੱਗੇ ਸਾਡੇ ਐਨ ਆਰ ਆਈ ਵੀਰਾਂ ਨੇ ਝਾੜੂ 'ਤੇ ਬਹੁਤ ਜ਼ਿਆਦਾ ਕਰਤਾ ਜੀ, ਅਤੇ ਮੈਂ ਇਹ ਬੇਨਤੀ ਕਰਦਾ ਕਿ ਨਵਜੋਤ ਸਿੰਘ ਸਿੱਧੂ ਇੱਕ ਯੰਗਸਟ ਔਰ ਬਹੁਤ ਤਕੜਾ ਮੈਂ ਕਹਾਂਗਾ ਪਲੇਅਰ, ਹਰ ਪਾਸੇ ਜਿਹਦੀ ਉਹਦੀ ਨਾਂ ਹੈ, ਇਮਾਨਦਾਰ ਆਦਮੀ, ਅਤੇ ਉਹਦੀ ਰਹਿਨਮਾਈ ਜਿਹੜੇ ਇਲੈਕਸ਼ਨ ਹੋਣੇ ਨੇ, ਉਹ ਪ੍ਰਧਾਨ ਬਣੇ ਨੇ, ਅਧਿਕਸ਼ ਬਣੇ ਨੇ, ਨਾਲ ਉਹਦੀ ਟੀਮ ਹੈ, ਅਤੇ ਮੈਂ ਐਨ ਆਰ ਆਈ ਵੀਰਾਂ ਨੂੰ ਇਹੋ ਬੇਨਤੀ ਕਰਦਾ ਕਿ ਭਾਈ ਸੋਚ ਸਮਝ ਕੇ ਫੈਸਲਾ ਕਰਿਓ, ਤਾਂ ਕਿ ਅਸੀਂ ਪੰਜਾਬ ਦੀ ਧਰਤੀ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਜਵਾਨੀ ਨੂੰ ਅਸੀਂ ਬਚਾ ਸਕੀਏ। ਠੀਕ ਹੈ ਗਿਲਜੀਆਂ ਸਾਹਿਬ, ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਦਰਸ਼ਕੋ, ਕਾਲਾਂ ਬਹੁਤ ਆ ਰਹੀਆਂ ਨੇ, ਕੁਐਸਚਨ ਬੜੇ ਸੀਗੇ, ਬਟ ਵਕਤ ਇਜਾਜ਼ਤ ਨਹੀਂ ਦੇ ਰਿਹਾ। ਅਗੇਨ ਆਪਾਂ ਦੁਆ ਕਰਾਂਗੇ ਜਿਹੜੇ ਓਲੰਪਿਕਸ 'ਚ ਆਪਣੇ ਖਿਲਾੜੀ ਨੇ, ਜਿਹੜੇ ਮੱਲਾਂ ਮਾਰ ਰਹੇ ਨੇ, ਜਿਹੜੇ ਰਹਿ ਗਏ ਨੇ, ਜਿਹੜੇ ਕਾਫੀ ਮੱਲ ਮਾਰ ਕੇ ਬਾਹਰ ਹੋ ਗਏ ਆ, ਉਹਨਾਂ ਨੂੰ ਵੀ ਵਧਾਈਆਂ, ਕਿਉਂਕਿ ਬਹੁਤ ਟਾਈਮ ਬਾਅਦ ਆਪਾਂ ਇੱਕ ਚੰਗਾ ਪ੍ਰਦਰਸ਼ਨ ਕੀਤਾ ਆਪਣੇ ਦੇਸ਼ ਨੇ। ਅਤੇ ਬਾਕੀ ਜਿਹੜੇ ਆਉਣ ਵਾਲਾ ਵਕਤ ਆ, ਜਿਹੜਾ ਹੁਣ ਕੁਝ ਘੰਟਿਆਂ 'ਚ ਕੁੜੀਆਂ ਦੀ ਹਾਕੀ ਦਾ ਮੈਚ ਹੋਣ ਵਾਲਾ, ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਅਤੇ ਬਾਕੀ ਵੀ ਜਿੰਨੇ ਚਾਹੇ ਕੁਸ਼ਤੀ ਹੈ, ਫ੍ਰੀ ਸਟਾਈਲ ਆ, ਜੈਵਲਿਨ ਥਰੋਰ ਆ, ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਆ, ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ ਨੇ, ਅਤੇ ਆਪਾਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਕੁਛ ਨਾ ਕੁਛ ਵੱਡਾ ਕਰਕੇ ਜ਼ਰੂਰ ਵਾਪਸ ਦੇਸ਼ ਪਰਤਣਗੇ। ਦਰਸ਼ਕ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਣਾ ਬਹੁਤ ਖਿਆਲ ਰੱਖਣਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।